ਟਾਈਮ ਏਸ਼ੀਆ ਟੀਵੀ ਦੇਖਣ ਵਾਲੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਦੋਸਤੋ। ਮੈਂ ਹਾਂ ਸਵਰਨ ਸਿੰਘ ਟੈਣਾ ਅਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਨਵਾਂ ਵਰ੍ਹਾ ਚੜ੍ਹਿਆ ਅਤੇ ਨਵੇਂ ਵਿਵਾਦ, ਨਵੀਆਂ ਗੱਲਾਂ ਬਾਤਾਂ, ਨਵੇਂ ਦੋਸ਼ ਕਦੋਸ਼, ਸਾਰਾ ਸਿਲਸਿਲਾ ਜਿਹੜਾ ਪਿਛਲੇ ਵਰ੍ਹਿਆਂ ਦੇ ਵਿੱਚ ਚੱਲਦਾ ਰਿਹਾ ਉਹੀ ਇਸ ਚਾਲੂ ਵਰ੍ਹੇ ਦੇ ਵਿੱਚ ਸ਼ੁਰੂ ਹੋ ਚੁੱਕਿਆ, ਜਿਹੜਾ ਕਿ ਹਾਲੇ ਸਾਡੇ ਤੱਕ ਕੁਝ ਕੁ ਘੰਟਿਆਂ ਦਾ ਮਹਿਮਾਨ ਬਣਿਆ, ਕਿਉਂਕਿ ਕੁਝ ਕੁ ਘੰਟੇ ਪਹਿਲਾਂ ਆਪਾਂ ਜਾਣਦੇ ਹਾਂ ਕਿ ਅਸੀਂ ਨਵੇਂ ਵਰ੍ਹੇ ਦੇ ਵਿੱਚ ਪੈਰ ਧਰਿਆ। ਨਵਾਂ ਵਿਵਾਦ ਜਿਹੜਾ ਸਾਡੇ ਸਾਹਮਣੇ ਆਇਆ ਉਹ ਧਾਰਮਿਕਤਾ ਦੇ ਨਾਲ ਜੁੜਿਆ ਹੋਇਆ। ਮੈਂ ਅਕਸਰ ਅੱਗੇ ਵੀ ਗੱਲ ਕਹਿੰਦਾ ਹੁੰਦਾ ਕਿ ਅਸੀਂ ਧਾਰਮਿਕ ਮਾਮਲੇ ਦੇ ਉੱਤੇ ਜਿਸ ਤਰੀਕੇ ਨਾਲ ਆਪਣੇ ਲੀੜੇ ਪਾੜਨ ਲੱਗ ਜਾਂਦੇ ਹਾਂ, ਜਿਸ ਤਰੀਕੇ ਨਾਲ ਅਸੀਂ ਤਰਕ ਨੂੰ ਇੱਕ ਪਾਸੇ ਰੱਖ ਕੇ ਜੋ ਸਾਡੀ ਧਾਰਨਾ ਬਣੀ ਹੁੰਦੀ ਆ ਉਹਦੇ ਉੱਤੇ ਹੀ ਅਸੀਂ ਚੱਲਣ ਦੀ ਇੱਛਾ ਪਾਲਦੇ ਹਾਂ, ਜਿਹਦੇ ਕਰਕੇ ਬਹੁਤ ਵਾਰ ਛੋਟੀ ਗੱਲ ਦੇ ਉੱਤੇ ਵੱਡੇ ਵੱਡੇ ਵਿਵਾਦ ਪੈਦਾ ਹੁੰਦੇ ਆ ਅਤੇ ਜਦੋਂ ਉਹ ਵਿਵਾਦ ਵੱਧਦੇ ਆ ਉਸ ਤੋਂ ਬਾਅਦ ਤਣਾਅ ਇੱਕ ਇਹੋ ਜਿਹਾ ਪੈਦਾ ਹੁੰਦਾ ਜਿਹਦੇ ਕਰਕੇ ਦੁਨੀਆ ਭਰ ਦੇ ਵਿੱਚ ਜਿਹੜੇ ਪੰਜਾਬੀ ਬੈਠੇ ਆ ਵੱਸਦੇ ਨੇ ਉਹਨਾਂ ਦੇ ਮਨਾਂ ਵਿੱਚ 100 ਤਰ੍ਹਾਂ ਦੇ ਸਵਾਲ, 100 ਤਰ੍ਹਾਂ ਦੇ ਸ਼ੰਕੇ ਪੈਦਾ ਹੁੰਦੇ ਆ। ਇਹ ਸਾਰੀਆਂ ਗੱਲਾਂ ਮੈਨੂੰ ਅੱਜ ਇਸ ਕਰਕੇ ਕਰਨੀਆਂ ਪੈ ਰਹੀਆਂ ਕਿਉਂਕਿ ਬੀਰ ਦਵਿੰਦਰ ਸਿੰਘ ਜਿਹੜੇ ਕਿ ਸਾਬਕਾ ਕਈ ਪਾਰਟੀਆਂ ਦੇ ਆਗੂ ਨੇ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਅਖੰਡ ਪਾਠ ਸਾਹਿਬ ਨੂੰ ਗੋਦ ਲੈਣ ਦੀ ਜਿਹੜੀ ਪਰੰਪਰਾ ਸ਼ੁਰੂ ਕੀਤੀ ਗਈ ਹੈ ਸ਼੍ਰੋਮਣੀ ਕਮੇਟੀ ਦੇ ਕੁਝ ਕੁ ਮੈਂਬਰਾਂ ਦੇ ਵੱਲੋਂ ਇਹ ਇੱਕ ਬਹੁਤ ਵੱਡੀ ਗਲਤੀ ਹੈ, ਇਸ ਗਲਤੀ ਨੂੰ ਸੁਧਾਰਿਆ ਜਾਣਾ ਚਾਹੀਦਾ ਹੈ। ਪਰ ਮੋੜਵੇਂ ਰੂਪ ਦੇ ਵਿੱਚ ਕਈ ਆਗੂਆਂ ਨੇ ਇਹ ਗੱਲ ਕਹੀ ਹੈ ਕਿ ਤੁਹਾਡਾ ਇਸ ਮਸਲੇ ਨਾਲ ਕੀ ਤਾਲੁਕ ਹੈ, ਤੁਹਾਨੂੰ ਹਰ ਗੱਲ ਦੇ ਵਿੱਚ ਰਾਜਨੀਤੀ ਨਹੀਂ ਕਰਨੀ ਚਾਹੀਦੀ, ਤੁਹਾਨੂੰ ਚੁੱਪ ਕਰਕੇ ਪਰੇ ਬੈਠ ਜਾਣਾ ਚਾਹੀਦਾ। ਪਰ ਮੇਰੇ ਮਨ ਦੇ ਵਿੱਚ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਬੀਰ ਦਵਿੰਦਰ ਸਿੰਘ ਨੇ ਸਹੀ ਗੱਲ ਕਹੀ ਹੈ ਜਾਂ ਗਲਤ ਗੱਲ ਕਹੀ ਹੈ। ਮੋਦੀ ਸਰਕਾਰ ਨੇ ਪਿੰਡਾਂ ਨੂੰ ਗੋਦ ਲੈਣ ਦੀ ਗੱਲ ਕਹੀ ਸੀ, ਜਿਹੜੇ ਉਹਨਾਂ ਦੇ ਮੈਂਬਰ ਪਾਰਲੀਮੈਂਟ ਨੇ ਜਾਂ ਬਾਕੀ ਪਾਰਟੀਆਂ ਦੇ ਮੈਂਬਰ ਵੀ ਨੇ, ਸੰਸਦ ਮੈਂਬਰ, ਉਹਨਾਂ ਨੂੰ ਇਹ ਗੱਲ ਕਹੀ ਸੀ ਕਿ ਪਿੰਡਾਂ ਨੂੰ ਗੋਦ ਲੈ ਲਓ। ਅਸੀਂ ਇਹ ਵੀ ਸੁਣਿਆ ਕਿ ਬੱਚੇ ਨੂੰ ਗੋਦ ਲੈ ਲਓ, ਅਸੀਂ ਇਹ ਵੀ ਸੁਣਦੇ ਹਾਂ ਕਿ ਫਲਾਣੀ ਚੀਜ਼ ਨੂੰ ਗੋਦ ਲੈ ਲਓ, ਤੁਸੀਂ ਉਹਦਾ ਪਾਲਣ ਪੋਸ਼ਣ ਕਰਨਾ ਹੈ। ਇਹ ਮਨੁੱਖਤਾ ਦਾ ਫਰਜ਼ ਵੀ ਬਣਦਾ, ਜਿੰਨੀ ਕੁ ਸਾਡੇ ਵਿੱਚ ਪਹੁੰਚ ਹੋਵੇ ਅਸੀਂ ਆਪਣੇ ਵਿੱਤ ਮੁਤਾਬਕ ਸਾਰਾ ਕੁਝ ਕਰੀਏ। ਲੋੜਵੰਦਾਂ ਦੀ ਸਾਨੂੰ ਮਦਦ ਕਰਨੀ ਚਾਹੀਦੀ ਹੈ, ਆਪਣੇ ਪਿੰਡਾਂ ਦਾ, ਆਪਣੇ ਸ਼ਹਿਰਾਂ ਦਾ ਵਿਕਾਸ ਕਰਨਾ ਚਾਹੀਦਾ। ਪਰ ਅਖੰਡ ਪਾਠ ਸਾਹਿਬ ਨੂੰ ਗੋਦ ਲੈ ਲੈਣਾ, ਮੈਂ ਇਹ ਪਹਿਲੀ ਵਾਰ ਸ਼ਬਦ ਸੁਣਿਆ ਅਤੇ ਮੈਂ ਅੰਦਰੋਂ ਹੈਰਾਨ ਵੀ ਹਾਂ। ਹੈਰਾਨ ਇਸ ਕਰਕੇ ਹਾਂ ਕਿ ਅਸੀਂ ਹਰ ਰੋਜ਼ ਕੁਝ ਨਾ ਕੁਝ ਨਵਾਂ ਲੱਭਦੇ ਹਾਂ, ਅਸੀਂ ਹਰ ਰੋਜ਼ ਕੋਈ ਨਾ ਕੋਈ ਐਸੀ ਗੱਲ ਕਰਦੇ ਹਾਂ ਜਿਹਦੇ ਕਰਕੇ ਸਾਡੀ ਸੋਚ ਕਿੱਥੇ ਜੇ ਖੜੀ ਆ ਅਸੀਂ ਉਹਦਾ ਪ੍ਰਗਟਾਵਾ ਆਪਣੇ ਆਪ ਕਰ ਦਿੰਦੇ ਹਾਂ। ਅਖੰਡ ਪਾਠ ਸਾਹਿਬ ਦੇ ਪ੍ਰਤੀ ਸਾਡੇ ਮਨ ਵਿੱਚ ਬਹੁਤ ਸਤਿਕਾਰ ਹੈ, ਥਾਂ ਥਾਂ ਦੇ ਉੱਤੇ ਅਖੰਡ ਪਾਠ ਸਾਹਿਬ ਦੇ ਭੋਗ ਪੈਂਦੇ ਆ ਹਰ ਰੋਜ਼, ਬੜੀ ਚੰਗੀ ਗੱਲ ਹੈ। ਗੁਰਦੁਆਰਾ ਸਾਹਿਬਾਨ ਦੇ ਵਿੱਚ ਅਸੀਂ ਅਖੰਡ ਪਾਠ ਸਾਹਿਬ ਦੇ ਭੋਗ 'ਤੇ ਜਾਂਦੇ ਹਾਂ, ਚੰਗੀ ਗੱਲ ਹੈ। ਅਸੀਂ ਉੱਥੇ ਜਾ ਕੇ ਗੁਰਬਾਣੀ ਸਰਵਣ ਕਰਦੇ ਹਾਂ, ਇਹ ਵੀ ਚੰਗੀ ਗੱਲ ਹੈ। ਪਰ ਅਖੰਡ ਪਾਠ ਸਾਹਿਬ ਨੂੰ ਗੋਦ ਲੈ ਲੈਣਾ, ਇਹ ਕੋਈ ਗੱਲ ਨਹੀਂ ਬਣੀ। ਗੋਦ ਲੈਣ ਦੀ ਪਰੰਪਰਾ ਜਿਹੜੀ ਉਹ ਸਾਡੇ ਵਿੱਚ ਹੋਰ ਥਾਵਾਂ 'ਤੇ ਤਸੀ, ਪਰ ਹੁਣ ਅਸੀਂ ਧਾਰਮਿਕਤਾ ਦੇ ਨਾਲ ਵੀ ਜੋੜ ਲਵਾਂਗੇ, ਹੁਣ ਅਸੀਂ ਪਾਠ ਕਰਨ ਦੇ ਨਾਲ ਵੀ ਜੋੜ ਲਵਾਂਗੇ। ਕੱਲ੍ਹ ਨੂੰ ਕੋਈ ਨਵਾਂ ਧੜਾ ਉੱਠੂਗਾ, ਉਹ ਕਹੂਗਾ ਜੀ ਅਸੀਂ ਤਾਂ ਫਿਰ ਸਹਿਜ ਪਾਠ ਨੂੰ ਗੋਦ ਲੈ ਲੈਂਦੇ ਹਾਂ, ਕੋਈ ਹੋਰ ਉੱਠੂਗਾ ਉਹ ਕਹੂਗਾ ਜੀ ਅਸੀਂ ਫਲਾਣੇ ਪਾਠ ਨੂੰ ਗੋਦ ਲੈ ਲੈਂਦੇ ਹਾਂ। ਇਹ ਪਾਠਾਂ ਦੇ ਵਿੱਚ ਅਸਲ ਦੇ ਵਿੱਚ ਸਾਨੂੰ ਪਾਠ ਦਾ ਅਰਥ ਸਮਝਣਾ ਚਾਹੀਦਾ, ਸਾਡੇ ਮਨ ਦੇ ਵਿੱਚ ਸਤਿਕਾਰ ਹੋਣਾ ਚਾਹੀਦਾ, ਸਾਨੂੰ ਹਰ ਗੱਲ ਦੇ ਉੱਤੇ ਭੰਬਲ ਭੂਸਾ ਪੈਦਾ ਨਹੀਂ ਕਰਨਾ ਚਾਹੀਦਾ। ਇਸ ਤੋਂ ਪਹਿਲਾਂ ਆਪਾਂ ਜਾਣਦੇ ਹਾਂ ਕਿ ਨਾਨਕਸ਼ਾਹੀ ਕੈਲੰਡਰ ਦੇ ਉੱਤੇ ਅਸੀਂ ਭੰਬਲ ਭੂਸਾ ਪੈਦਾ ਕਰ ਲਿਆ, ਕੋਈ ਇਹ ਗੱਲ ਕਹਿੰਦਾ ਕਿ 25 ਦਸੰਬਰ ਨੂੰ ਪ੍ਰਕਾਸ਼ ਦਿਹਾੜਾ ਮਨਾਉਣਾ ਸੀ, ਕੋਈ ਕਹਿੰਦਾ 5 ਜਨਵਰੀ ਨੂੰ ਮਨਾਉਣਾ। ਸ਼੍ਰੋਮਣੀ ਕਮੇਟੀ ਇੱਕ ਪਾਸੇ ਖੜੀ ਮੂਕ ਦਰਸ਼ਕ ਬਣ ਕੇ ਤਮਾਸ਼ਾ ਦੇਖ ਰਹੀ ਹੈ ਅਤੇ ਇਸ ਮਾਮਲੇ ਦੇ ਉੱਤੇ ਲੋਕਾਂ ਦੇ ਮਨਾਂ ਵਿੱਚ 100 ਕਿਸਮ ਦੇ ਸਵਾਲ ਨੇ। ਜਿਹੜੀ ਇਹ ਅਖੰਡ ਪਾਠ ਸਾਹਿਬ ਗੋਦ ਲੈਣ ਦੀ ਪਰੰਪਰਾ ਦੀ ਗੱਲ ਸਾਹਮਣੇ ਆਈ ਹੈ, ਜਿਵੇਂ ਮੈਂ ਹੈਰਾਨ ਹਾਂ, ਸ਼ਾਇਦ ਤੁਹਾਡੇ ਵਿੱਚੋਂ ਵੀ ਕਈ ਲੋਕ ਹੈਰਾਨ ਹੋਣ ਅਤੇ ਜਿਹੜੀ ਸਾਡੇ ਤੱਕ ਰਿਪੋਰਟ ਅਪੜੀ ਹੈ ਉਹਦਾ ਵੇਰਵਾ ਇਸ ਤਰੀਕੇ ਨਾਲ ਕਿ ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੁਮਾਇੰਦਿਆਂ ਵੱਲੋਂ ਅਖੰਡ ਪਾਠ ਸਾਹਿਬ ਗੋਦ ਲੈਣ ਦੀ ਨਵੀਂ ਅਤੇ ਅਨੋਖੀ ਪਿਰਤ ਪਾਉਣ ਦਾ ਨੋਟਿਸ ਲੈਂਦਿਆਂ ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੋਂ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ। ਉਹਨਾਂ ਨੇ ਕਿਹਾ ਕਿ ਇਸ ਗੰਭੀਰ ਮਰਿਆਦਾਹੀਣਤਾ ਦੇ ਮਾਮਲੇ ਨੂੰ ਸਿੱਖ ਸੰਗਤ, ਤਖ਼ਤਾਂ ਦੇ ਜਥੇਦਾਰਾਂ ਅਤੇ ਸ਼੍ਰੋਮਣੀ ਕਮੇਟੀ ਦੇ ਜਾਗਦੀ ਜ਼ਮੀਰ ਵਾਲੇ ਮੈਂਬਰਾਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਉਹਨਾਂ ਨੇ ਕਿਹਾ ਕਿ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਦੀ ਯਾਦ ਦੇ ਵਿੱਚ ਹਰ ਵਰ੍ਹੇ 11 ਪੋਹ ਨੂੰ ਗੁਰਦੁਆਰਾ ਸ਼੍ਰੀ ਜੋਤੀ ਸਰੂਪ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਦਾ ਪ੍ਰਕਾਸ਼ ਕਰਵਾਇਆ ਜਾਂਦਾ ਹੈ ਅਤੇ 13 ਪੋਹ ਨੂੰ ਭੋਗ ਪਾਏ ਜਾਂਦੇ ਨੇ। ਉਹਨਾਂ ਨੇ ਕਿਹਾ ਕਿ ਐਤਕੀ ਇਹ ਅਖੰਡ ਪਾਠ ਗੁਰਦੁਆਰਾ ਫਤਿਹਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਹਰਪਾਲ ਸਿੰਘ, ਮੈਨੇਜਰ ਗੁਰਦੁਆਰਾ ਫਤਿਹਗੜ੍ਹ ਸਾਹਿਬ ਜਸਬੀਰ ਸਿੰਘ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਥਾਨਕ ਪ੍ਰਬੰਧਕ ਸ਼ਹੀਦੀ ਸਿੰਘ ਸਭਾ ਮੌਕੇ ਪ੍ਰਕਾਸ਼ ਕਰਵਾਉਣਾ ਹੀ ਭੁੱਲ ਗਏ। ਜ਼ਿਕਰਯੋਗ ਹੈ ਕਿ ਦਿੱਲੀ ਦੇ ਇੱਕ ਸ਼ਰਧਾਲੂ ਸਿੱਖ ਦਲਵਿੰਦਰ ਸਿੰਘ ਨੇ 23 ਅਪ੍ਰੈਲ ਨੂੰ ਰਸੀਦ ਨੰਬਰ 13282 ਮੁਤਾਬਕ 25 ਦਸੰਬਰ ਨੂੰ ਗੁਰਦੁਆਰਾ ਸ਼੍ਰੀ ਜੋਤੀ ਸਰੂਪ ਫਤਿਹਗੜ੍ਹ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਆਰੰਭ ਕਰਵਾਇਆ ਸੀ, ਜਿਸ ਦੇ ਭੋਗ ਮਰਿਆਦਾ ਮੁਤਾਬਕ 27 ਦਸੰਬਰ ਨੂੰ ਪਾਏ ਜਾਣੇ ਸਨ, ਪਰ ਇਸ ਅਖੰਡ ਪਾਠ ਨੂੰ ਹੀ ਪ੍ਰਬੰਧਕਾਂ ਨੇ ਗੋਦ ਲੈ ਕੇ ਅਰਦਾਸ ਕਰ ਦਿੱਤੀ। ਬੀਰ ਦਵਿੰਦਰ ਸਿੰਘ ਨੇ ਆਖਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਇਹ ਪੜਤਾਲ ਕਰਨੀ ਬਣਦੀ ਹੈ ਕਿ ਕੀ ਸਥਾਨਕ ਪ੍ਰਬੰਧਕਾਂ ਨੇ ਅਖੰਡ ਪਾਠ ਨੂੰ ਗੋਦ ਲੈਣ ਤੋਂ ਪਹਿਲਾਂ ਅਕਾਲ
ਅਕਾਲ ਤਖ਼ਤ ਜਾਂ SGPC ਦੀ ਪ੍ਰਵਾਨਗੀ ਲੈ ਕੇ ਅਜਾਇਆ ਕੀਤਾ ਹੈ ਜਾਂ ਫਿਰ ਆਪ ਹੁਦਰੇ ਹੀ ਅਖੰਡ ਪਾਠਾਂ ਦੀ ਮਰਿਆਦਾ ਦੀ ਪ੍ਰਕਿਰਿਆ ਨੂੰ ਬਦਲ ਦਿੱਤਾ ਗਿਆ, ਜਿਸ ਵਿੱਚ ਅਖੰਡ ਪਾਠ ਦੇ ਆਰੰਭ ਅਤੇ ਮੱਧ ਦੀ ਅਰਦਾਸ ਕਿਸੇ ਹੋਰ ਵਿਅਕਤੀ ਨੇ ਨਾਂ ਦੇ ਉੱਤੇ ਕੀਤੀ ਗਈ ਅਤੇ ਸਮਾਪਤੀ ਦੇ ਭੋਗ ਦੀ ਅਰਦਾਸ ਸਮੇਂ ਗੁਰਦੁਆਰਾ ਜੋਤੀ ਸਰੂਪ ਦੇ ਪ੍ਰਬੰਧਕਾਂ ਨੇ ਅਖੰਡ ਪਾਠ ਦਾ ਉਤਾਰਾ ਆਪਣੇ ਨਾਂ 'ਤੇ ਤਬਦੀਲ ਕਰਕੇ ਅਖੰਡ ਪਾਠ ਦੀ ਮਰਿਆਦਾ ਨੂੰ ਨਾ ਸਿਰਫ ਬਦਲਿਆ ਸਗੋਂ ਧਾਰਮਿਕ ਅਪਰਾਧ ਕਰਕੇ ਸਮੁੱਚੀ ਮਰਿਆਦਾ ਨੂੰ ਨੀਵਾਂ ਦਿਖਾ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਪ੍ਰਬੰਧਕਾਂ ਦੀ ਇਹ ਗਲਤੀ ਸਧਾਰਨ ਮੁਆਫ਼ੀ ਦੇ ਯੋਗ ਨਹੀਂ। ਇਹੀ ਨਹੀਂ, ਸੰਗਤ ਨੇ ਇਹ ਮਾਮਲਾ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਦੇ ਧਿਆਨ ਵਿੱਚ ਮੌਕੇ 'ਤੇ ਹੀ ਲਿਆ ਦਿੱਤਾ ਸੀ, ਪਰ ਉਹਨਾਂ ਨੇ ਇਸ ਮਾਮਲੇ 'ਤੇ ਹਾਲੇ ਤੱਕ ਚੁੱਪਧਾਰੀ ਹੋਈ ਹੈ। ਇਸ ਖਬਰ ਦੇ ਉੱਤੇ ਟਿੱਪਣੀ ਕਰਦਿਆਂ ਦੋਸਤੋ, ਅਸੀਂ ਪਹਿਲੀ ਗੱਲ ਤਾਂ ਇਹ ਕਹਾਂਗੇ ਕਿ ਸਾਡੇ ਮਨਾਂ ਦੇ ਵਿੱਚ ਸ਼ਰਧਾ ਭਾਵਨਾ ਘੱਟ ਚੁੱਕੀ ਹੈ ਅਤੇ ਅਸੀਂ ਫਾਰਮੈਲਟੀਆਂ ਦੇ ਉੱਤੇ ਵੱਧ ਕੇਂਦਰਿਤ ਹੋ ਗਏ ਹਾਂ। ਯਾਨੀ ਕਿ ਸਿਰਫ ਅਤੇ ਸਿਰਫ ਅਸੀਂ ਰਸਮੋ ਰਿਵਾਜ ਜਾਂ ਆਪਣੇ ਮਨ ਦੀ ਸੰਤੁਸ਼ਟੀ ਦੇ ਲਈ ਕਈ ਵਾਰ ਇਹੋ ਜਿਹੇ ਧਾਰਮਿਕ ਅਡੰਬਰ ਰਚਦੇ ਹਾਂ ਜਿਨ੍ਹਾਂ ਦੀ ਤਰਕ ਦੇ ਨਾਲ ਤਾਂ ਕੋਈ ਸੰਬੰਧ ਨਹੀਂ ਹੁੰਦਾ ਗਾ, ਪਰ ਅਸੀਂ ਕਹਿੰਦੇ ਹਾਂ ਕਿ ਅਸੀਂ ਆਪਣੇ ਵੱਲੋਂ ਆਹ ਕਰ ਦਿੱਤਾ। ਮੈਂ ਕਈ ਵਾਰ ਲੋਕਾਂ ਨੂੰ ਦੇਖਦਾ ਹੁੰਦਾ, ਉਹ ਕਹਿੰਦੇ ਜੀ ਤੁਸੀਂ ਕਿੱਥੇ ਚੱਲੇ ਹੋ, ਕਹਿੰਦੇ ਜੀ ਅਸੀਂ ਦਰਬਾਰ ਸਾਹਿਬ ਚੱਲੇ ਹਾਂ, ਕਹਿ ਦਿੰਦੇ ਜੀ ਆਹ ਲੈ ਮੇਰੇ ਵੱਲੋਂ 20 ਰੁਪਏ ਲੈ ਲਓ, ਗੋਲਕ 'ਚ ਪਾ ਕੇ ਮੇਰੇ ਵੱਲੋਂ ਮੱਥਾ ਟੇਕ ਦਿਓ। ਮੈਂ ਸੋਚਦਾ ਹੁੰਦਾ ਵੀ ਤੇਰੇ ਵੱਲੋਂ ਮੱਥਾ ਕਿਵੇਂ ਟੇਕਿਆ ਜਾ ਸਕਦਾ ਹੈ? ਉੱਥੇ ਗੁਰੂ ਦੇ ਘਰ ਦੇ ਵਿੱਚ ਜੇਕਰ ਤੁਹਾਡੇ ਕੋਲ ਜਾਣ ਦਾ ਵਕਤ ਨਹੀਂ ਤਾਂ ਜਦੋਂ ਵਕਤ ਹੋਇਆ ਉਦੋਂ ਚਲੇ ਜਾਇਓ, ਪਰ ਤੁਹਾਡੀ ਥਾਂ ਦੇ ਉੱਤੇ ਕੋਈ ਮੱਥਾ ਕਿਵੇਂ ਟੇਕ ਸਕਦਾ, ਤੁਹਾਡੀ ਥਾਂ ਦੇ ਉੱਤੇ ਕੋਈ ਲੰਗਰ ਕਿਵੇਂ ਛਕ ਸਕਦਾ, ਤੁਹਾਡੀ ਥਾਂ ਦੇ ਉੱਤੇ ਕੋਈ ਪ੍ਰਕਰਮਾ ਕਿਵੇਂ ਕਰ ਸਕਦਾ ਹੈ? ਇਹ ਸਾਰੀਆਂ ਗੱਲਾਂ ਨਾ ਜਿਹੜੀਆਂ ਇਹ ਅਸਲ ਦੇ ਵਿੱਚ ਮਨ ਨੂੰ ਜਿਹੜੀ ਹੈ ਉਹ ਠੰਡਾ ਕਰਨ ਦੀ ਇੱਕ ਆਦਤ ਬਣ ਚੁੱਕੀ ਹੈ ਸਾਡੀ, ਪਰ ਇਹਨਾਂ ਗੱਲਾਂ ਦਾ ਤਰਕ ਦੇ ਨਾਲ ਸ਼ਰਧਾ ਦੇ ਨਾਲ ਬਿਲਕੁਲ ਸੰਬੰਧ ਨਹੀਂ ਹੈ। ਸੋ ਜਿਹੜੀ ਇਹ ਅਖੰਡ ਪਾਠ ਸਾਹਿਬ ਗੋਦ ਲੈਣ ਦੀ ਪ੍ਰਕਿਰਿਆ, ਮੰਨ ਲਓ ਤੁਹਾਡੇ ਨਾਂ ਦੇ ਉੱਤੇ ਅਖੰਡ ਪਾਠ ਸਾਹਿਬ ਦੀ ਆਰੰਭਤਾ ਕੀਤੀ ਗਈ ਹੈ, ਵਿਚਕਾਰ ਆ ਗਿਆ ਮੈਂ ਅਤੇ ਮੈਂ ਕਿਹਾ ਜੀ ਮੇਰੇ ਕੋਲ ਸਮਾਂ ਹੈ ਨਹੀਂ ਗਾ ਜਾਂ ਮੇਰੇ ਕੋਲੋਂ ਲੈ ਲਓ ਇੰਨੇ ਪੈਸੇ ਅਤੇ ਜਦੋਂ ਤੁਸੀਂ ਅਰਦਾਸ ਕਰਨੀ ਆ ਉਹਦੇ ਵਿੱਚ ਮੇਰਾ ਨਾਂ ਬੋਲ ਦਿਓ ਕਿ ਸਵਰਨ ਸਿੰਘ ਦੇ ਵੱਲੋਂ ਇਹ ਅਰਦਾਸ ਕਰਵਾਈ ਗਈ, ਇਹ ਅਖੰਡ ਪਾਠ ਕਰਵਾਇਆ ਗਿਆ, ਇਹ ਲੰਗਰ ਲਵਾਇਆ ਗਿਆ, ਸ਼ੁਰੂਆਤ ਕਿਸੇ ਹੋਰ ਨੇ ਕਰਵਾਈ, ਸਮਾਪਤੀ ਕਿਸੇ ਹੋਰ ਨੇ ਕਰਵਾਤੀ, ਘੁਸਪੈਠ ਅਚਾਨਕ ਇਵੇਂ ਹੋ ਗਈ ਜਿਵੇਂ ਜੰਮੂ ਕਸ਼ਮੀਰ ਦੇ ਪੁੰਛ ਸੈਕਟਰ ਦੇ ਵਿੱਚ ਹੁੰਦੀ ਹੈ, ਤਾਂ ਫਿਰ ਇੱਥੇ ਦੱਸੋ ਵੀ ਸ਼ਰਧਾ ਨਾਂ ਦੀ ਕਿਹੜੀ ਚੀਜ਼ ਰਹੀ? ਸੋ ਸਾਡੀ ਸ਼ਰਧਾ ਜਿਹੜੀ ਉਹਦੇ ਮਾਇਨੇ ਬਦਲ ਰਹੇ ਆ, ਸਾਡੀ ਜਿਹੜੀ ਆ ਆਸਥਾ ਉਹਦੇ ਮਾਇਨੇ ਬਦਲ ਰਹੇ ਆ। ਇਹ ਜਿਹੜੀਆਂ ਅਖੰਡ ਪਾਠ ਸਾਹਿਬ ਗੋਦ ਲੈਣ ਦੀਆਂ ਪ੍ਰਕਿਰਿਆਵਾਂ ਸਾਡੇ ਸਾਹਮਣੇ ਆ ਰਹੀਆਂ, ਇਹਨਾਂ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਵਿਗਾੜ ਵਾਲੀਆਂ ਗੱਲਾਂ ਪਹਿਲਾਂ ਵੀ ਸਾਡੇ ਸਾਹਮਣੇ ਆਉਂਦੀਆਂ ਸੀ, ਅੱਜ ਵੀ ਆਉਂਦੀਆਂ। ਹੁਣ ਤਾਂ ਲੋਕਾਂ ਦਾ ਇੱਕ ਹਿੱਸਾ ਇਹੋ ਜਿਹਾ ਵੀ ਹੈ ਜਿਹੜਾ ਪ੍ਰਭਾਤ ਫੇਰੀਆਂ ਕੱਢਣ ਨੂੰ ਜਾਂ ਜਿਹੜਾ ਪਾਠ ਕਰਵਾਉਣ ਨੂੰ ਸਿਰਫ ਅਤੇ ਸਿਰਫ ਇੱਕ ਰਸਮ ਦੇ ਰੂਪ ਦੇ ਵਿੱਚ ਹੀ ਲੈਂਦਾ ਹੈ। ਸਾਡੇ ਮਨਾਂ ਦੇ ਵਿੱਚ ਜੋ ਸਤਿਕਾਰ ਦੀ ਭਾਵਨਾ, ਜੋ ਗੁਰਬਾਣੀ ਸਾਨੂੰ ਦੱਸਦੀ ਹੈ, ਉਸ ਰਾਹ ਦੇ ਉੱਤੇ ਚੱਲਣ ਦੀ ਜਿਹੜੀ ਸਾਡੀ ਮੱਸ ਹੈ, ਜਿਹੜੀ ਸਾਡੇ ਅੰਦਰਲੀ ਚਿਣਗ ਸੀ, ਉਹ ਹੁਣ ਖਤਮ ਹੁੰਦੀ ਜਾ ਰਹੀ ਹੈ। ਅਸੀਂ ਗੁਰਦੁਆਰੇ ਬਣਾ ਲਏ ਥਾਂ ਥਾਂ 'ਤੇ, ਅਸੀਂ ਵੱਖ ਵੱਖ ਧਰਮਾਂ ਦੇ ਨਾਲ ਜੁੜੇ ਹੋ ਸਕਦੇ ਹਾਂ, ਸਾਡਾ ਕਿਸੇ ਵੀ ਧਰਮ ਦੇ ਉੱਤੇ ਕਿੰਤੂ ਪਰੰਤੂ ਕਰਨ ਦਾ ਕੋਈ ਮਤਲਬ ਨਹੀਂ ਹੈ, ਪਰ ਜਿੰਨੇ ਵੀ ਧਰਮ ਨੇ ਸਾਡੇ ਭਾਰਤ ਦੇ ਵਿੱਚ ਉਹਨਾਂ ਦੇ ਵਿੱਚ ਨੈਤਿਕ ਵਿਗਾੜ ਇਸ ਕਦਰ ਆ ਚੁੱਕੇ ਆ ਕਿ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਮੈਂ ਤਾਂ ਕਦੇ ਕਦੇ ਇਹ ਵੀ ਸੋਚਦਾ ਹੁੰਦਾ ਕਿ ਗੁਰੂ ਸਾਹਿਬਾਨ ਦੇ ਵੱਲੋਂ ਸਾਨੂੰ ਜਿਹੜੀਆਂ ਜਿਹੜੀਆਂ ਗੱਲਾਂ ਨਹੀਂ ਕਹੀਆਂ ਗਈਆਂ ਉਹ ਤਾਂ ਅਸੀਂ ਸਿੱਖੀ ਜਾਂ ਧਰਮ ਦੇ ਨਾਂ ਦੇ ਉੱਤੇ ਜ਼ਰੂਰ ਕਰਦੇ ਹਾਂ, ਅਤੇ ਜਿਹੜੀਆਂ ਜਿਹੜੀਆਂ ਗੱਲਾਂ ਸਾਨੂੰ ਕਹੀਆਂ ਗਈਆਂ ਉਹਨਾਂ ਦੇ ਵਿੱਚੋਂ ਅਸੀਂ ਇੱਕ ਦੇ ਉੱਤੇ ਵੀ ਅਮਲ ਨਹੀਂ ਕਰਦੇ। ਕਾਮ, ਕ੍ਰੋਧ, ਮੋਹ, ਲੋਭ, ਹੰਕਾਰ, ਸਾਨੂੰ ਇਹ ਗੱਲਾਂ ਛੱਡਣ ਦੇ ਲਈ ਕਿਹਾ ਗਿਆ ਸੀ, ਪਰ ਤੁਸੀਂ, ਮੈਂ, ਅਸੀਂ ਸਾਰੇ ਕਿੰਨੀਆਂ ਕੁ ਗੱਲਾਂ ਅਸੀਂ ਛੱਡ ਸਕੇ ਹਾਂ? ਇਹਦੇ ਬਾਬਤ ਅਸੀਂ ਆਪਣੇ ਆਪ ਨੂੰ ਜਵਾਬ ਦੇ ਵੱਧ ਹਾਂ। ਵੈਸੇ ਵੀ ਇਨਸਾਨ ਆਪਣੇ ਬਾਰੇ ਵੱਧ ਜਾਣਦਾ ਹੁੰਦਾ ਕਿ ਮੈਂ ਖੜ੍ਹਾ ਕਿੱਥੇ ਕਾਂ, ਤੁਹਾਡੇ ਬਾਰੇ ਕੋਈ ਕੀ ਸੋਚਦਾ, ਇਹ ਬਾਅਦ ਦੀਆਂ ਗੱਲਾਂ, ਤੁਸੀਂ ਆਪਣੇ ਬਾਰੇ ਕੀ ਸੋਚਦੇ ਆ, ਤੁਸੀਂ ਆਪਣਾ ਐਨਾਲਿਸਿਸ, ਆਪਣੀ ਜਿਹੜੀ ਸਵੈ ਪੜਚੋਲ ਕਿਵੇਂ ਕਰਦੇ ਹਾਂ, ਸਭ ਤੋਂ ਵੱਡੀ ਗੱਲ ਇਹ ਹੁੰਦੀ ਹੈ। ਸੋ 2018 ਵਰ੍ਹੇ ਦੇ ਵਿੱਚ ਇਹ ਜਿਹੜਾ ਪਹਿਲਾ ਵਿਵਾਦ ਸਾਡੇ ਸਾਹਮਣੇ ਆਇਆ, ਭਾਵੇਂ ਕਿ ਆਉਂਦੇ ਦਿਨਾਂ ਦੇ ਵਿੱਚ ਇਸ ਵਿਵਾਦ ਦੇ ਵਧਣ ਦੇ ਆਸਾਰ ਨੇ, ਪਰ ਮੈਨੂੰ ਬੀਰ ਦਵਿੰਦਰ ਸਿੰਘ ਦੀ ਗੱਲ ਆਪਣੀ ਥਾਂ ਦੇ ਉੱਤੇ ਠੀਕ ਲੱਗੀ ਹੈ ਕਿ ਅਖੰਡ ਪਾਠ ਸਾਹਿਬ ਦੇ ਨਾਂ ਦੇ ਉੱਤੇ ਇਹੋ ਜਿਹੀਆਂ ਪਖੰਡਬਾਜ਼ੀਆਂ ਨਹੀਂ ਹੋਣੀਆਂ ਚਾਹੀਦੀਆਂ। ਖਬਰਾਂ ਦੇ ਉੱਤੇ ਵਿਚਾਰ ਚਰਚਾ ਦੋਸਤੋ ਅਸੀਂ ਇਸੇ ਤਰੀਕੇ ਨਾਲ ਜਾਰੀ ਰੱਖਾਂਗੇ, ਪਰ ਪਹਿਲਾਂ ਲੈਣ ਛੁੱਟ ਗਏ ਬ੍ਰੇਕ। ਪ੍ਰਾਈਮ ਏਸ਼ੀਆ ਟੀਵੀ ਦਿਲ ਦੀਆਂ ਗਹਿਰਾਈਆਂ 'ਚੋਂ ਆਪ ਸਭ ਵੱਲੋਂ ਦਿੱਤੇ ਪਿਆਰ ਲਈ ਧੰਨਵਾਦੀ ਹੈ ਕਿ ਥੋੜ੍ਹੇ ਜਿਹੇ ਸਮੇਂ ਵਿੱਚ ਹੀ ਤੁਸੀਂ ਸਾਨੂੰ ਘਰ ਘਰ ਦੀ ਪਸੰਦ ਬਣਾ ਦਿੱਤਾ ਹੈ। ਅਜਿਹੇ 'ਚ ਅਸੀਂ ਪਹਿਲਾਂ ਨਾਲੋਂ ਵੀ ਜ਼ਿਆਦਾ ਮਿਹਨਤ ਨਾਲ ਹੋਰ ਨਵੇਂ ਪ੍ਰੋਗਰਾਮ ਲੈ ਕੇ ਆ ਰਹੇ ਹਾਂ, ਪਰ ਤੁਹਾਡੇ ਸਾਥ ਤੋਂ ਬਿਨਾਂ ਅਸੀਂ ਕੁਝ ਵੀ ਨਹੀਂ ਹਾਂ। ਸੋ YouTube 'ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਬੈਲ ਦਾ ਬਟਨ ਜ਼ਰੂਰ ਦਬਾਉਣਾ ਤਾਂ ਜੋ ਨਵੇਂ ਪ੍ਰੋਗਰਾਮਾਂ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। ਇਹਨਾਂ ਪਲੈਟਫਾਰਮਸ 'ਤੇ ਵੀ ਤੁਸੀਂ ਸਾਨੂੰ ਦੇਖ ਸਕਦੇ ਹੋ ਅਤੇ ਇਸ ਦੇ ਨਾਲ ਹੀ ਇਹਨਾਂ ਸਾਰੇ ਪਲੈਟਫਾਰਮਸ 'ਤੇ ਵੀ ਅਸੀਂ ਅਵੇਲੇਬਲ ਹਾਂ ਅਤੇ ਸਾਡਾ ਫੇਸਬੁੱਕ ਪੇਜ ਵੀ ਲਾਈਕ ਕਰਨਾ। ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ।
ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਦੋਸਤੋ। ਕੁਝ ਹੋਰ ਖਬਰਾਂ ਦੇ ਉੱਤੇ ਟਿੱਪਣੀਆਂ ਕਰਦੇ ਹਾਂ। ਤੁਸੀਂ ਕਿਸੇ ਬੱਸ ਦੇ ਵਿੱਚ ਬੈਠ ਕੇ ਦਿੱਲੀ ਵੱਲ ਦਾ ਸਫ਼ਰ ਕਰੋ, ਜਲੰਧਰੋਂ ਬੈਠ ਜਾਓ ਦਿੱਲੀ ਜਾਣਾ ਹੋਵੇ, ਜਾਂ ਤੁਸੀਂ ਕਿਸੇ ਵੀ ਹੋਰ ਦੂਰ ਦੁਰਾਡੀ ਥਾਂ ਦਾ ਸਫ਼ਰ ਕਰਨਾ ਜਿਹੜਾ 7, 8, 9, 10 ਘੰਟੇ ਲੰਮਾ ਸਫ਼ਰ ਹੋਵੇ, ਰਾਹ ਦੇ ਵਿੱਚ ਬੱਸਾਂ ਨੇ ਜਿਹੜੀਆਂ, ਜੇਕਰ ਤੁਸੀਂ ਬੱਸ 'ਤੇ ਜਾਂਦੇ ਹੋ ਤਾਂ ਉਹ ਬੱਸਾਂ ਕਈ ਢਾਬਿਆਂ ਦੇ ਉੱਤੇ ਖੜ੍ਹਦੀਆਂ, 3-3, 4-4, 5-5 ਘੰਟੇ ਬਾਅਦ ਚਾਹ ਪਾਣੀ ਤੁਸੀਂ ਵੀ ਪੀਣਾ ਹੁੰਦਾ ਹੈ, ਚਾਹ ਪਾਣੀ ਡਰਾਈਵਰ ਕੰਡਕਟਰ ਨੇ ਵੀ ਪੀਣਾ ਹੁੰਦਾ ਹੈ। ਪਰ ਉੱਥੇ ਢਾਬੇ 'ਤੇ ਜਾ ਕੇ ਜਦੋਂ ਸਵਾਰੀਆਂ ਬੈਠ ਜਾਂਦੀਆਂ, ਰੋਟੀ ਪਾਣੀ ਛਕਣ ਲੱਗਦੀਆਂ, ਤਾਂ ਡਰਾਈਵਰ ਨੂੰ ਅਤੇ ਕੰਡਕਟਰ ਨੂੰ ਇੱਕ ਵੱਖਰਾ ਕਮਰਾ ਮਿਲਦਾ। ਉਸ ਕਮਰੇ ਦੇ ਵਿੱਚ ਉਹਨਾਂ ਨੂੰ ਸੋਹਣੀ ਦਾਲ ਰੋਟੀ ਢਾਬੇ ਦੇ ਵੱਲੋਂ ਮੁਫਤ ਦੇ ਵਿੱਚ ਦਿੱਤੀ ਜਾਂਦੀ ਹੈ, ਅਤੇ ਜਿਹੜਾ ਖਰਚ ਡਰਾਈਵਰ ਅਤੇ ਕੰਡਕਟਰ ਦੇ ਉੱਤੇ ਹੁੰਦਾ ਉਹ ਸਵਾਰੀਆਂ ਦੇ ਵਿੱਚੋਂ ਕੱਢਿਆ ਜਾਂਦਾ। ਮੰਨ ਲਓ ਦਾਲ ਦੀ ਕੌਲੀ ਹੈਗੀ ਆ 50 ਰੁਪਏ ਦੀ, ਪਰ ਕਿਉਂਕਿ ਡਰਾਈਵਰ ਅਤੇ ਕੰਡਕਟਰ ਨੂੰ ਵੀ ਵਧੀਆ ਰੋਟੀ ਖਵਾਉਣੀ ਆ, ਮਟਰ ਪਨੀਰ ਦੇ ਨਾਲ, ਸ਼ਾਹੀ ਪਨੀਰ ਦੇ ਨਾਲ ਚੋਪੜੇ ਫੁਲਕੇ ਦੇਣੇ ਆ, ਇਸ ਕਰਕੇ ਤੁਹਾਨੂੰ ਉਹ 20 ਰੁਪਈਏ ਮਹਿੰਗੀ ਲੱਗੂਗੀ। ਤੁਹਾਨੂੰ ਭੁੱਖ ਵੀ ਲੱਗੀ ਹੁੰਦੀ ਹੈ, ਤੁਹਾਨੂੰ ਅਸਲ ਰੇਟ ਦਾ ਵੀ ਨਹੀਂ ਪਤਾ ਹੁੰਦਾ, ਇਸ ਕਰਕੇ ਤੁਸੀਂ ਖਾਂਦੇ ਹੋ, ਸਫਾਈ ਸਫੂਈ ਦਾ ਵੀ ਖਿਆਲ ਨਹੀਂ ਰੱਖਦੇ। ਪਰ ਢਾਬੇ ਦੇ ਪ੍ਰਬੰਧਕਾਂ ਦੇ ਵੱਲੋਂ ਡਰਾਈਵਰ ਅਤੇ ਕੰਡਕਟਰ ਦਾ ਜ਼ਰੂਰ ਖਿਆਲ ਰੱਖਿਆ ਜਾਂਦਾ ਹੈ, ਕਿਉਂਕਿ ਜੇਕਰ ਉਹ ਉਹਨਾਂ ਦਾ ਖਿਆਲ ਨਾ ਰੱਖਣਗੇ ਤਾਂ ਅਗਲੇ ਦਿਨ ਉਹ ਉੱਥੇ ਬ੍ਰੇਕ ਨਹੀਂ ਮਾਰਨਗੇ, ਕਿਸੇ ਹੋਰ ਢਾਬੇ 'ਤੇ ਬ੍ਰੇਕ ਮਾਰ ਦੇਣਗੇ, ਅਤੇ ਫਿਰ ਜਿਹੜੀਆਂ 50-55 ਸਵਾਰੀਆਂ ਹੁੰਦੀਆਂ ਬੱਸ ਦੇ ਵਿੱਚ, ਉਹ ਇਸ ਢਾਬੇ ਦੇ ਉੱਤੇ ਰੋਟੀ ਨਹੀਂ ਖਾਣਗੀਆਂ, ਚਾਹ ਪਾਣੀ ਨਹੀਂ ਪੀਣਗੀਆਂ। ਪਰ ਢਾਬਿਆਂ ਦੇ ਪ੍ਰਬੰਧਕਾਂ ਦੇ ਵੱਲੋਂ ਇਹਨਾਂ ਡਰਾਈਵਰਾਂ ਅਤੇ ਕੰਡਕਟਰਾਂ ਨੂੰ ਕਈ ਤਰ੍ਹਾਂ ਦੇ ਹੋਰ ਵੀ ਜਿਹੜੇ ਆ ਉਹ ਖਾਣੇ ਪੀਣੇ ਦੇ ਸਮਾਨ ਦਿੱਤੇ ਜਾਂਦੇ ਆ। ਉਹਦੇ ਵਿੱਚ ਅਫੀਮ ਵੀ ਹੁੰਦੀ ਹੈ, ਉਹਦੇ ਵਿੱਚ ਭੁੱਕੀ ਵੀ ਹੁੰਦੀ ਹੈ, ਉਹਦੇ ਵਿੱਚ 2 ਪੈਗ ਵੀ ਹੁੰਦੇ ਆ, ਜਾਂ ਹੋਰ ਵੀ ਕਈ ਚੀਜ਼ਾਂ ਹੁੰਦੀਆਂ ਜਿਹੜੀਆਂ ਨਸ਼ੀਲੀਆਂ ਚੀਜ਼ਾਂ। ਵੈਸੇ ਵੀ ਜਦੋਂ ਤੁਸੀਂ ਜਲੰਧਰ ਤੋਂ ਦਿੱਲੀ ਜਾਂਦੇ ਆ ਤਾਂ ਰਾਹ ਦੇ ਵਿੱਚ ਕਈ ਇਹੋ ਜਿਹੇ ਢਾਬੇ ਨੇ ਜਿਨ੍ਹਾਂ ਬਾਰੇ ਧਾਰਨਾ ਬਣੀ ਆ ਵੀ ਉੱਥੇ ਭੁੱਕੀ ਆਮ ਮਿਲ ਜਾਂਦੀ ਆ। ਉਹ ਜਿਹੜੇ ਡਰਾਈਵਰ ਨੂੰ 2-2 ਚਮਚੇ ਭੁੱਕੀ ਦੇ ਦਿੰਦੇ ਆ ਤੋਹਫੇ ਦੇ ਤੌਰ 'ਤੇ, ਗਿਫਟ ਦਿੰਦੇ ਆ, ਅਤੇ ਬਾਕੀ ਹੋਰ ਵੀ ਕਈ ਚੀਜ਼ਾਂ ਮਿਲ ਜਾਂਦੀਆਂ ਜਿਹਦਾ ਅਸੀਂ ਜ਼ਿਕਰ ਕਰਦੇ ਨੇ। ਪਰ ਕੀ ਢਾਬਿਆਂ ਦੇ ਉੱਤੇ ਨਸ਼ਾ ਇਸ ਤਰੀਕੇ ਨਾਲ ਵਰਤਾਇਆ ਜਾਣਾ ਜਾਇਜ਼ ਹੈ, ਕੀ ਇਹਨਾਂ ਢਾਬਿਆਂ ਦੇ ਉੱਤੇ ਜੋ ਜੋ ਕੁਝ ਚੱਲਦਾ ਇਹਦੇ ਬਾਬਤ ਪੁਲਿਸ ਪ੍ਰਬੰਧਕਾਂ ਨੂੰ ਨਹੀਂ ਪਤਾ ਹੁੰਦਾ, ਪਰ ਜਾਣਕਾਰੀ ਤਾਂ ਸਾਨੂੰ ਇਹ ਵੀ ਮਿਲੀ ਹੈ ਕਿ ਉੱਥੇ ਜਾ ਕੇ ਜਿਹੜੇ ਪੁਲਿਸੀਏ ਹੁੰਦੇ ਆ, ਜਾਂ ਜਿਨ੍ਹਾਂ ਨੇ ਕਾਨੂੰਨ ਦੀ ਰਾਖੀ ਕਰਨੀ ਹੁੰਦੀ ਹੈ, ਜਾਂ ਜਿਨ੍ਹਾਂ ਨੇ ਨਸ਼ਿਆਂ ਦੀ ਫੜੋ ਫੜੀ ਕਰਨੀ ਹੁੰਦੀ ਹੈ, ਉਹ ਵੀ ਕਹਿੰਦੇ ਕਈ ਵਾਰ 1-2 ਚਮਚੇ ਛੱਕ ਜਾਂਦੇ ਆ। ਅਤੇ ਵੇਰਵਾ ਇਸ ਰਿਪੋਰਟ ਦਾ ਸਾਨੂੰ ਇਸ ਤਰੀਕੇ ਨਾਲ ਪ੍ਰਾਪਤ ਹੋਇਆ ਕਿ ਬੀਕਾਨੇਰ ਵੱਲ ਜਰਨੈਲੀ ਸੜਕਾਂ ਦੇ ਉੱਤੇ ਦਰਜਨਾਂ ਪੰਜਾਬੀ ਢਾਬੇ ਨੇ ਜਿਨ੍ਹਾਂ ਉੱਤੇ ਰੋਟੀ ਨਹੀਂ ਪਰ ਭੁੱਕੀ 24 ਘੰਟੇ ਮਿਲਦੀ ਆ। ਰਾਜਸਥਾਨ ਦੇ ਵਿੱਚ ਜਦੋਂ ਦੇ ਭੁੱਕੀ ਦੇ ਠੇਕੇ ਬੰਦ ਹੋਏ ਨੇ ਉਦੋਂ ਤੋਂ ਇਹਨਾਂ ਢਾਬਿਆਂ ਦੀ ਪੋਸਤ ਨੇ ਚਾਂਦੀ ਕਰ ਦਿੱਤੀ ਆ। ਬਹੁਤੇ ਢਾਬੇ ਮੰਝੈਲਾਂ ਦੇ ਨੇ ਅਤੇ ਇੱਕਾ ਦੁੱਕਾ ਢਾਬਾ ਮਾਲਕਾਂ ਦਾ ਪਿਛੋਕੜ ਮਾਲਵੇ ਨਾਲ ਸੰਬੰਧਿਤ ਹੈ। ਜਦੋਂ ਇਹਨਾਂ ਢਾਬਿਆਂ 'ਤੇ ਪੋਸਤ ਦੀ ਗੱਲ ਛੇੜੀ ਤਾਂ ਕਿਸੇ ਨੇ ਨਾਂਹ ਨਹੀਂ ਕੀਤੀ, ਬਸ ਥੋੜ੍ਹਾ ਜਿਹਾ ਭਰੋਸਾ ਦੇਣਾ ਪੈਂਦਾ। ਟਰੱਕਾਂ ਦੀ ਭੀੜ ਤੋਂ ਦੂਰੋਂ ਪਤਾ ਲੱਗ ਜਾਂਦਾ ਹੈ ਕਿ ਢਾਬੇ ਉੱਤੇ ਮਾਲ ਵੀ ਮਿਲਦਾ ਹੈ। ਹਨੂੰਮਾਨਗੜ੍ਹ, ਬੀਕਾਨੇਰ, ਫਲੌਦੀ, ਜਰਨੈਲੀ ਸੜਕ 'ਤੇ ਤਕਰੀਬਨ 23 ਪੰਜਾਬੀ ਢਾਬੇ ਨੇ ਜਿਨ੍ਹਾਂ ਵਿੱਚੋਂ ਵਿਰਲੇ ਟਾਵੇਂ ਢਾਬੇ 'ਤੇ ਰੋਟੀ ਦਾ ਪ੍ਰਬੰਧ ਹੈ, ਬਾਕੀ ਤਾਂ ਭੁੱਕੀ ਵਾਲੀ ਚਾਹ ਹੀ ਛਕਾਉਂਦੇ ਨੇ। ਇਹਨਾਂ 'ਚੋਂ ਕਈ ਢਾਬੇ ਨਾਂ ਦੇ ਹੀ ਪੰਜਾਬੀ ਨੇ ਪਰ ਇਹਨਾਂ ਨੂੰ ਰਾਜਸਥਾਨੀ ਚਲਾਉਂਦੇ ਨੇ। ਜਦੋਂ ਫਲੌਦੀ ਕੋਲ ਭੁੱਕੀ ਬਾਰੇ ਪੁੱਛਿਆ ਤਾਂ ਸਾਰਿਆਂ ਨੇ ਗੋਪੀ ਦੇ ਢਾਬੇ ਬਾਰੇ ਦੱਸ ਪਾਈ। ਇੱਕ ਢਾਬੇ ਵਾਲੇ ਕੋਲ ਰੋਟੀ ਦਾ ਕੋਈ ਪ੍ਰਬੰਧ ਨਹੀਂ ਸੀ ਪਰ ਉਹ ਭੁੱਕੀ ਦੇਣ ਨੂੰ ਤਿਆਰ ਹੋ ਗਿਆ। ਕੀਮਤ 2700 ਰੁਪਏ ਕਿਲੋ ਨਿਕਲੀ। ਢਾਬੇ 'ਤੇ ਖੜ੍ਹੇ ਰਾਜਸਥਾਨੀ ਏਜੰਟ ਨੇ ਸਕੀਮ ਪੇਸ਼ ਕੀਤੀ, 5 ਕਿਲੋ ਲੈਣੀ ਹੈ ਤਾਂ 2500 ਰੁਪਏ ਕਿਲੋ ਮਿਲੇਗੀ ਅਤੇ 1/2 ਕਿਲੋ ਦਾ 1500 ਰੁਪਏ ਲੱਗੇਗਾ। ਬੀਕਾਨੇਰ ਲਾਗੇ ਇੱਕ ਢਾਬੇ ਵਾਲੇ ਰੇਸ਼ਮ ਸਿੰਘ ਨੇ ਦੱਸਿਆ ਕਿ ਉਹ ਕਾਰਾਂ ਵਾਲਿਆਂ 'ਤੇ ਵਿਸ਼ਵਾਸ ਨਹੀਂ ਕਰਦੇ, ਟਰੱਕਾਂ ਵਾਲਿਆਂ ਨੂੰ ਮਾਲ ਦਿੰਦੇ ਨੇ। ਉਹ ਢਾਬੇ ਉੱਤੇ ਮਾਲ ਨਹੀਂ ਰੱਖਦੇ ਬਲਕਿ ਗਾਹਕ ਦੇ ਆਉਣ 'ਤੇ ਹੀ ਗੁਪਤ ਸਟਾਕ ਵਿੱਚੋਂ ਲਿਆ ਕੇ ਦਿੰਦੇ ਨੇ। ਇੱਕ ਢਾਬੇ ਦੇ ਮਾਲਕ ਨੇ ਕਿਹਾ ਕਿ ਉਹ ਪੋਸਤ ਖਾਣ ਦਾ ਆਦੀ ਸੀ ਅਤੇ ਮਗਰੋਂ ਇੱਧਰ ਹੀ ਪੱਕਾ ਵਸ ਗਿਆ। 1-2 ਢਾਬਿਆਂ 'ਤੇ ਕੰਮ ਕਰਦੇ ਨੌਕਰ ਵੀ ਪੋਸਤ ਖਾਣ ਦੇ ਆਦੀ ਸਨ। ਦੱਸਦੇ ਨੇ ਕਿ ਹਨੂੰਮਾਨਗੜ੍ਹ ਤੋਂ ਜੈਪੁਰ ਅਤੇ ਨਾਗੌਰ ਦੇ ਖੇਤਰ ਹੁਣ ਵੀ ਭੁੱਕੀ ਆਮ ਵਿਕਦੀ ਹੈ। ਜਰਨੈਲੀ ਸੜਕਾਂ 'ਤੇ ਤਾਂ ਕਈ ਆਜੜੀ ਵੀ ਭੁੱਕੀ ਵਾਲੇ ਪੈਕਟ ਵੇਚਣ ਲਈ ਵਾਹਨ ਚਾਲਕਾਂ ਨੂੰ ਇਸ਼ਾਰੇ ਕਰਦੇ ਨੇ। ਢਾਬਿਆਂ 'ਤੇ ਬੈਠੇ ਟਰੱਕਾਂ ਵਾਲਿਆਂ ਨੇ ਖੁਲਾਸਾ ਕੀਤਾ ਕਿ ਭੁੱਕੀ ਵੇਚਣ ਵਾਲੇ ਢਾਬਾ ਮਾਲਕਾਂ ਨੂੰ ਸਥਾਨਕ ਪੁਲਿਸ ਨੂੰ 10-15 ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣਾ ਪੈਂਦਾ ਹੈ। ਇਸ ਖਬਰ ਦੇ ਉੱਤੇ ਟਿੱਪਣੀ ਕਰਦਿਆਂ ਦੋਸਤੋ ਅਸੀਂ ਇਹ ਗੱਲ ਕਹਾਂਗੇ, ਭਾਵੇਂ ਕਿ ਇਹ ਰਾਜਸਥਾਨ ਦੇ ਢਾਬਿਆਂ ਦੇ ਨਾਲ ਜੁੜੀ ਹੋਈ ਰਿਪੋਰਟ ਸਾਡੇ ਸਾਹਮਣੇ ਆਈ ਆ, ਪਰ ਪੰਜਾਬ ਦੇ ਵਿੱਚ ਵੀ ਬਹੁ ਗਿਣਤੀ ਢਾਬੇ ਇਹੋ ਜਿਹੇ ਆ ਜਿਨ੍ਹਾਂ ਨੂੰ ਅਸੀਂ ਇਹ ਗੱਲ ਕਹਿੰਦੇ ਹਾਂ ਕਿ ਇੱਥੇ ਟਰੱਕਾਂ ਵਾਲੇ ਬਹੁਤ ਖੜ੍ਹਦੇ ਆ। ਕਦੇ ਸੋਚ ਕੇ ਦੇਖਿਓ ਕਿ ਉੱਥੇ ਟਰੱਕਾਂ ਵਾਲੇ ਕਿਹੜੀ ਗੱਲੋਂ ਖੜ੍ਹਦੇ ਆ। ਮੈਂ ਇਹ ਨਹੀਂ ਗੱਲ ਕਹਿੰਦਾ ਕਿ ਟਰੱਕਾਂ ਵਾਲੇ ਜਿਹੜੇ ਪੰਜਾਬ ਦੇ ਆ ਜਾਂ ਭਾਰਤ ਦੇ ਆ ਉਹ ਸਾਰੇ ਹੀ ਨਸ਼ੇ ਕਰਦੇ ਆ, ਕਈ ਨਹੀਂ ਵੀ ਕਰਦੇ ਪਰ ਕਈ ਰੱਜ ਕੇ ਵੀ ਕਰਦੇ ਆ। ਨਸ਼ਾ ਕਰਨਾ ਵੈਸੇ ਮਾੜੀ ਗੱਲ ਹੈ, ਸਾਨੂੰ ਟਰੱਕਾਂ ਵਾਲਿਆਂ ਦੇ ਉੱਤੇ, ਟਰਾਂਸਪੋਰਟ ਖੇਤਰ ਨਾਲ ਜੁੜੇ ਹੋਏ ਲੋਕਾਂ ਦੇ ਉੱਤੇ ਬੇਹੱਦ ਮਾਣ ਹੈ। ਉਹ ਵਿਚਾਰੇ ਦਿਨ ਰਾਤ ਸੜਕਾਂ ਮਾਪਦੇ ਆ, ਨਾਪਦੇ ਆ, ਅਤੇ ਫਿਰ ਉਹਨਾਂ ਦੀ ਜਿਹੜੀ ਉਜਰਤਾ ਹੈ ਉਹ ਇਕੱਠੀ ਹੁੰਦੀ ਆ, ਉਹ ਆਪਣੇ ਟੱਬਰ ਦਾ ਤੋਰੀ ਫੁਲਕਾ ਚਲਾਉਂਦੇ ਆ, ਉਹਨਾਂ ਦੀ ਮਿਹਨਤ ਨੂੰ ਸਲਾਮ ਹੈ। ਪਰ ਇੱਥੇ ਗੱਲ ਅਸੀਂ ਪ੍ਰਬੰਧ ਦੀ ਕਰ ਰਹੇ ਹਾਂ ਕਿ ਢਾਬਿਆਂ ਨੂੰ ਚਲਾਉਣ ਦੇ ਲਈ ਪੇਸ਼ਕਸ਼ਾਂ ਕਿਹੜੀਆਂ ਕਿਹੜੀਆਂ ਹੁੰਦੀਆਂ ਡਰਾਈਵਰਾਂ ਨੂੰ। ਮੈਂ ਆਪਣੇ ਅੱਖੀਂ ਕਈ ਵਾਰ ਦੇਖਿਆ ਜਦੋਂ ਤੁਸੀਂ ਚੰਡੀਗੜ੍ਹ ਤੋਂ ਜਲੰਧਰ ਆਉਣਾ ਹੁੰਦਾ ਹੈ ਜਾਂ ਜਦੋਂ ਤੁਸੀਂ ਦਿੱਲੀਓਂ ਜਲੰਧਰ ਆਉਣਾ ਹੁੰਦਾ ਹੈ ਤਾਂ ਰਾਹ ਦੇ ਵਿੱਚ ਢਾਬਿਆਂ ਦੇ
ਬਾਕੀ ਇਹਨਾਂ ਦੀ ਮਰਜ਼ੀ ਹੁੰਦੀ ਆ ਕਿਹਨੇ ਕਿੱਥੇ ਖੜਾਉਣੀ ਆ, ਕਿਹਦੀ ਕਿੱਥੇ ਸੈਟਿੰਗ ਆ। ਉੱਥੇ ਉਹਨਾਂ ਡਰਾਈਵਰਾਂ ਨੂੰ, ਉਹਨਾਂ ਕੰਡਕਟਰਾਂ ਨੂੰ ਕਈ ਕਿਸਮ ਦੇ ਨਸ਼ੇ ਵੀ ਪੇਸ਼ ਕੀਤੇ ਜਾਂਦੇ ਆ। ਉਹਨਾਂ ਦੇ ਨਾਲ ਪਹਿਲਾਂ ਹੀ ਇਹ ਗੱਲ ਤੈਅ ਹੁੰਦੀ ਆ ਕਿ ਤੁਹਾਨੂੰ ਅਸੀਂ ਚੰਗੀ ਰੋਟੀ ਪਾਣੀ ਖਵਾਵਾਂਗੇ, ਤੁਹਾਨੂੰ ਅਸੀਂ ਦੋ ਪੈਗ ਵੀ ਲਵਾਵਾਂਗੇ, ਤੁਸੀਂ ਬੱਸ ਸਾਡੇ ਕੋਲ ਇੱਥੇ ਆ ਕੇ ਰੁਕਣੀ ਆ। ਕਈ ਥਾਵਾਂ ਦੇ ਉੱਤੇ ਤਾਂ 200-400 ਰੁਪਈਆ ਵੀ ਨਾਲ ਦਿੰਦੇ ਆ, ਕਿਉਂਕਿ ਜਿੰਨਾ ਵੀ ਖਰਚ ਹੋਇਆ ਹੁੰਦਾ ਉਹ ਨਿਕਲਣਾ ਤਾਂ ਸਵਾਰੀਆਂ ਦੀ ਰੋਟੀ ਦੇ ਵਿੱਚ ਹੀ ਹੁੰਦਾ। ਇਸ ਕਰਕੇ ਸਵਾਰੀਆਂ ਦੇ ਪੈਸੇ ਦੇ ਨਾਲ ਸੇਵਾ ਭਗਤੀ ਹੁੰਦੀ ਹੈ ਸਿਰਫ ਅਤੇ ਸਿਰਫ ਡਰਾਈਵਰ ਅਤੇ ਕੰਡਕਟਰ ਦੀ। ਪਰ ਜਿਸ ਤਰੀਕੇ ਨਾਲ ਨਸ਼ੇ ਕਰਕੇ ਬੱਸਾਂ ਦੇ ਡਰਾਈਵਰ ਜਾਂ ਟਰੱਕਾਂ ਦੇ ਡਰਾਈਵਰ ਜਾਂ ਕੰਡਕਟਰ ਸਫ਼ਰ ਕਰਦੇ ਆ, ਉਹ ਸਾਡੇ ਦੂਜਿਆਂ ਦੇ ਲਈ ਵੀ ਜਿਹੜੇ ਕਿ ਨਸ਼ੇ ਨਹੀਂ ਕਰਦੇ, ਸੜਕਾਂ ਦੇ ਉੱਤੇ ਸਫ਼ਰ ਕਰਦੇ ਲੋਕ ਨੇ, ਉਹਨਾਂ ਲਈ ਵੀ ਬਹੁਤ ਘਾਤਕ ਹੈ। ਕਿਉਂਕਿ ਅਸੀਂ ਨਸ਼ੇ ਦੇ ਵਿੱਚ ਆਪਣਾ ਤਵਾਜ਼ਨ ਗਵਾ ਬੈਠਦੇ ਹਾਂ, ਸਾਨੂੰ ਪਤਾ ਨਹੀਂ ਲੱਗਦਾ ਵੀ ਅਸੀਂ ਰੇਸ ਕਿੰਨੀ ਕਰ ਦਿੱਤੀ, ਅਸੀਂ ਬ੍ਰੇਕ ਕਦੋਂ ਲਾਉਣੀ ਆ। ਇਹ ਨਸ਼ੇ ਸਾਡੇ ਲਈ ਮਾਰੂ ਤਾਂ ਸਾਬਤ ਹੁੰਦੇ ਆ, ਸਾਡੇ ਆਪਣੇ ਲਈ ਤਾਂ ਹੁੰਦੇ ਹੀ ਹੁੰਦੇ ਆ, ਦੂਜਿਆਂ ਦੇ ਲਈ ਵੀ ਬਹੁਤ ਨੁਕਸਾਨਦਾਇਕ ਸਾਬਤ ਹੋ ਜਾਂਦੇ ਆ। ਸੋ ਸਾਡੇ ਪ੍ਰਸ਼ਾਸਨ ਨੂੰ, ਸਾਡੇ ਪੁਲਿਸ ਤੰਤਰ ਨੂੰ, ਸਾਡੀਆਂ ਸਰਕਾਰਾਂ ਨੂੰ, ਸਾਡੇ ਸੰਬੰਧਿਤ ਵਿਭਾਗਾਂ ਨੂੰ ਇਸ ਗੱਲ ਦੇ ਵੱਲ ਖਾਸ ਧਿਆਨ ਦੇਣਾ ਚਾਹੀਦਾ ਕਿ ਢਾਬਿਆਂ ਦੇ ਉੱਤੇ ਚੱਲਦਾ ਕੀ ਹੈ। ਪਹਿਲੀ ਗੱਲ ਤਾਂ ਇਹ ਆ ਵੀ ਉੱਥੇ ਸਫਾਈ ਕਿੰਨੀ ਕੁ ਹੈ, ਦੂਜੀ ਗੱਲ ਇਹ ਆ ਵੀ ਕੀ ਕਿਤੇ ਉਹ ਆਪਣੀ ਮਰਜ਼ੀ ਦਾ ਰੇਟ ਤਾਂ ਨਹੀਂ ਲਾ ਰਹੇ, ਲੋਕਾਂ ਨੂੰ ਲੁੱਟ ਤਾਂ ਨਹੀਂ ਰਹੇ। ਤੀਜੀ ਗੱਲ ਇਹ ਕਿ ਜਿਹੜੇ ਉੱਥੇ ਵਹੀਕਲ ਖੜ੍ਹਦੇ ਆ ਉਹਨਾਂ ਵਹੀਕਲਾਂ ਦੇ ਚਾਲਕਾਂ ਨੂੰ ਕਿਹੜੀ ਕਿਹੜੀ ਸਹੂਲਤ ਮੁਹੱਈਆ ਕਰਵਾਉਂਦੇ ਆ। ਤੁਸੀਂ ਦੇਖਿਓ ਕਦੇ ਬੜੀ ਗੌਰ ਦੇ ਨਾਲ ਕਿ ਜਿਹੜੇ ਮੰਜਾਂ ਵਾਲੇ ਢਾਬੇ ਹੁੰਦੇ ਆ ਉੱਥੇ ਡਰਾਈਵਰ ਵੱਡੀ ਗਿਣਤੀ ਦੇ ਵਿੱਚ ਕਿਉਂ ਬੈਠੇ ਹੁੰਦੇ ਆ, ਉੱਥੇ ਕਿਹੜੀ ਗੱਲੋਂ ਇੰਨਾ ਰਸ਼ ਪਿਆ ਹੁੰਦਾ, ਭੀੜ ਕਿਹੜੀ ਗੱਲੋਂ ਹੁੰਦੀ ਹੈ, ਉਹਨਾਂ ਲੋਕਾਂ ਦੇ ਵਿੱਚ ਇਹੋ ਜਿਹੀ ਕਿਹੜੀ ਖਾਸੀਅਤ ਹੁੰਦੀ ਹੈ ਜਿਹਦੇ ਕਰਕੇ ਉੱਥੇ ਹੀ ਹਰ ਵਹੀਕਲ ਦੀ ਬ੍ਰੇਕ ਵੱਜਦੀ ਹੈ। ਬਹੁਤ ਸਾਰੀਆਂ ਗੱਲਾਂ ਉੱਭਰ ਕੇ ਤੁਹਾਡੇ ਸਾਹਮਣੇ ਆਉਣਗੀਆਂ ਅਤੇ ਤੁਸੀਂ ਸੋਚੋਗੇ ਕਿ ਜਿਹੜੀ ਰਿਪੋਰਟ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਬਿਲਕੁਲ ਵਰਤਾਰਾ ਇਹੀ ਚੱਲਦਾ। ਖਬਰਾਂ ਦੇ ਉੱਤੇ ਵਿਚਾਰ ਚਰਚਾ ਦੋਸਤੋ ਅਸੀਂ ਇਸੇ ਤਰੀਕੇ ਨਾਲ ਜਾਰੀ ਰੱਖਾਂਗੇ, ਪਰ ਪਹਿਲਾਂ ਲੈਣ ਇੱਕ ਛੋਟੀ ਜਿਹੀ ਬ੍ਰੇਕ। ਪ੍ਰਾਈਮ ਏਸ਼ੀਆ ਟੀਵੀ ਦਿਲ ਦੀਆਂ ਗਹਿਰਾਈਆਂ 'ਚੋਂ ਆਪ ਸਭ ਵੱਲੋਂ ਦਿੱਤੇ ਪਿਆਰ ਲਈ ਧੰਨਵਾਦੀ ਹੈ ਕਿ ਥੋੜ੍ਹੇ ਜਿਹੇ ਸਮੇਂ ਵਿੱਚ ਹੀ ਤੁਸੀਂ ਸਾਨੂੰ ਘਰ ਘਰ ਦੀ ਪਸੰਦ ਬਣਾ ਦਿੱਤਾ ਹੈ। ਅਜਿਹੇ 'ਚ ਅਸੀਂ ਪਹਿਲਾਂ ਨਾਲੋਂ ਵੀ ਜ਼ਿਆਦਾ ਮਿਹਨਤ ਨਾਲ ਹੋਰ ਨਵੇਂ ਪ੍ਰੋਗਰਾਮ ਲੈ ਕੇ ਆ ਰਹੇ ਹਾਂ, ਪਰ ਤੁਹਾਡੇ ਸਾਥ ਤੋਂ ਬਿਨਾਂ ਅਸੀਂ ਕੁਝ ਵੀ ਨਹੀਂ ਹਾਂ। ਸੋ ਯੂਟਿਊਬ 'ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਬੈੱਲ ਦਾ ਬਟਨ ਜ਼ਰੂਰ ਦਬਾਉਣਾ ਤਾਂ ਜੋ ਨਵੇਂ ਪ੍ਰੋਗਰਾਮਾਂ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। ਇਹਨਾਂ ਪਲੈਟਫਾਰਮਸ 'ਤੇ ਵੀ ਤੁਸੀਂ ਸਾਨੂੰ ਦੇਖ ਸਕਦੇ ਹੋ ਅਤੇ ਇਸ ਦੇ ਨਾਲ ਹੀ ਇਹਨਾਂ ਸਾਰੇ ਪਲੈਟਫਾਰਮਸ 'ਤੇ ਵੀ ਅਸੀਂ ਅਵੇਲੇਬਲ ਹਾਂ ਅਤੇ ਸਾਡਾ ਫੇਸਬੁੱਕ ਪੇਜ ਵੀ ਲਾਈਕ ਕਰਨਾ। ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਦੋਸਤੋ। ਕੁਝ ਹੋਰ ਖਬਰਾਂ ਦੇ ਉੱਤੇ ਟਿੱਪਣੀਆਂ ਕਰਦੇ ਹਾਂ। 2017 ਦੇ ਵਿੱਚ ਔਰਤਾਂ ਦੀ, ਖਾਸ ਕਰਕੇ ਪੰਜਾਬ ਦੀਆਂ ਔਰਤਾਂ ਦੀ ਸਥਿਤੀ ਕਿਹੋ ਜਿਹੀ ਰਹੀ ਹੈ, ਇਹਦੇ ਬਾਬਤ ਕਈ ਕਿਸਮ ਦੀਆਂ ਰਿਪੋਰਟਾਂ ਆਈਆਂ। ਔਰਤ ਦੇ ਉੱਤੇ ਨਿੱਜੀ ਹਮਲੇ ਵੀ ਹੋਏ, ਔਰਤ ਦੇ ਉੱਤੇ ਜ਼ੁਬਾਨੀ ਹਮਲੇ ਵੀ ਹੋਏ, ਔਰਤ ਦੇ ਉੱਤੇ ਰਾਜਨੀਤਿਕ ਹਮਲੇ ਵੀ ਹੋਏ। ਭਾਵੇਂ ਕਿ ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਨੇ ਇਹ ਵੀ ਗੱਲ ਕਹੀ ਕਿ ਅਸੀਂ ਔਰਤਾਂ ਨੂੰ 33% ਤੋਂ ਵੱਧ ਦਾ ਰਾਖਵਾਂਕਰਨ ਦੇਵਾਂਗੇ ਜਾਂ ਦੇਣ ਜਾ ਰਹੀਆਂ, ਪਰ ਨਿਕਲਿਆ ਕੀ? ਕੁਝ ਵੀ ਨਹੀਂ। ਪੰਜਾਬ ਮੰਤਰੀ ਮੰਡਲ ਨੂੰ ਦੇਖ ਲਵੋ, ਉਹਦੇ ਵਿੱਚ ਔਰਤਾਂ ਦੀ ਕਿੰਨੀ ਕੁ ਸ਼ਮੂਲੀਅਤ ਹੈ, ਕੀ ਉਹ 33% ਦੇ ਹਿਸਾਬ ਨਾਲ ਹੈ, ਤੁਹਾਨੂੰ ਆਪੇ ਪਤਾ ਲੱਗ ਜਾਵੇਗਾ। ਤੁਸੀਂ ਨਗਰ ਨਿਗਮ ਦੀਆਂ ਚੋਣਾਂ ਵੱਲ ਝਾਤ ਮਾਰ ਲਵੋ, ਜਿੱਤੇ ਹੋਏ ਉਮੀਦਵਾਰਾਂ ਦੀ ਗਿਣਤੀ ਦੇਖ ਲਵੋ ਕਿ 33% ਦੇ ਹਿਸਾਬ ਨਾਲ ਔਰਤਾਂ ਜਿੱਤੀਆਂ, ਜਾਂ ਤੁਸੀਂ ਕਿਸੇ ਵੀ ਖੇਤਰ ਦੇ ਵੱਲ ਝਾਤ ਮਾਰ ਲਵੋ ਕਿ 33% ਔਰਤਾਂ ਨੂੰ ਸੱਚੀ ਮੁੱਚੀ ਸਹੀ ਅਰਥਾਂ ਵਿੱਚ ਰਾਖਵਾਂਕਰਨ ਮਿਲਿਆ ਨਹੀਂ ਮਿਲਿਆ। ਇਹ ਗੱਲ ਪਹਿਲਾਂ ਵੀ ਲਾਗੂ ਹੁੰਦੀ ਸੀ, ਇਹ ਗੱਲ ਅੱਜ ਦੇ ਸੰਦਰਭ ਦੇ ਵਿੱਚ ਵੀ ਹੂਬ ਹੂ ਉਵੇਂ ਦੇਖਣ ਨੂੰ ਮਿਲ ਰਹੀ ਹੈ। ਪਰ ਪੰਜਾਬ ਦੇ ਵਿੱਚ ਵੱਡੀ ਗਿਣਤੀ 'ਚ ਇਹੋ ਜਿਹੀਆਂ ਪੇਂਡੂ ਸਵਾਣੀਆਂ ਨੇ ਜਿਨ੍ਹਾਂ ਨੂੰ ਕੋਈ ਪਤਾ ਨਹੀਂ, ਜਿਨ੍ਹਾਂ ਦਾ ਕੋਈ ਇਸ ਗੱਲ ਨਾਲ ਵਾਸਤਾ ਨਹੀਂ ਕਿ ਸਾਡੇ ਬਾਰੇ ਕੀ ਕਾਨੂੰਨ ਬਣ ਰਹੇ ਆ, ਸਾਡੇ ਬਾਬਤ ਸਮਾਜ ਦੀ ਕੀ ਸੋਚ ਬਣ ਰਹੀ ਹੈ, ਸਾਨੂੰ ਨਵੀਂ ਸਦੀ ਦੀਆਂ ਹਾਣੀ ਕਿਉਂ ਅਤੇ ਕਿਵੇਂ ਅਤੇ ਕੀ ਸੱਚੀ ਮੁੱਚੀ ਸਮਝਿਆ ਜਾ ਰਿਹਾ ਜਾਂ ਫਿਰ ਨਹੀਂ। ਉਹਨਾਂ ਵਿਚਾਰੀਆਂ ਨੇ ਦਾਤੀ ਲੈ ਕੇ, ਪੱਲੀ ਲੈ ਕੇ, ਖੁਰਪੇ ਲੈ ਕੇ ਵੱਟਾਂ ਤੋਂ ਘਾਹ ਖੋਤਣਾ ਹੁੰਦਾ। ਉਹਨਾਂ ਸਵਾਣੀਆਂ ਦੇ ਵੱਲੋਂ ਆਪਣੇ ਘਰ ਨੂੰ ਚਲਾਉਣ ਦੇ ਲਈ, ਆਪਣੇ ਘਰ ਨੂੰ ਬਚਾਉਣ ਦੇ ਲਈ, ਆਪਣੇ ਬੱਚਿਆਂ ਨੂੰ ਪੜ੍ਹਾਉਣ ਦੇ ਲਈ ਅਤੇ ਜ਼ਿੰਦਗੀ ਦਾ ਨਿਰਵਾਹ ਕਰਨ ਦੇ ਲਈ ਹਰ ਕਿਸਮ ਦਾ ਕੰਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਉਹ ਮਿਹਨਤ ਬੇਹੱਦ ਕਰਦੀਆਂ ਨੇ, ਉਹਨਾਂ ਦਾ ਪਿੰਡਾਂ ਨੂੰ ਨਿਚੜ ਰਿਹਾ ਹੁੰਦਾ ਗਰਮੀ ਦੇ ਵਿੱਚ। ਪਰ ਅਸੀਂ ਗੱਲੀ ਬਾਤੀ ਕਹਿ ਦਿੰਦੇ ਹਾਂ ਕਿ ਔਰਤਾਂ ਦੇ ਲਈ ਸਾਡਾ ਸਮਾਜ ਆ ਜਿਹੜਾ ਉਹ ਵੱਖਰੀ ਸੋਚ ਵੀ ਰੱਖਦਾ ਅਤੇ ਸਾਡੀਆਂ ਸਰਕਾਰਾਂ ਵੱਖਰੀ ਪਹੁੰਚ ਵੀ ਰੱਖਦੀਆਂ। ਇਹਨਾਂ ਦੇ ਵਿੱਚੋਂ ਕਈ ਔਰਤਾਂ ਨੇ ਜਿਹੜੀਆਂ ਕਾਮੀਆਂ ਔਰਤਾਂ, ਉਹਨਾਂ ਦੇ ਨਾਲ ਕਈ ਕਿਸਮ ਦੀਆਂ ਵਧੀਕੀਆਂ ਵੀ ਹੁੰਦੀਆਂ, ਵਧੀਕੀ ਹੋਣ ਤੋਂ ਬਾਅਦ ਵੱਖਰੀ ਕਿਸਮ ਦੀ ਰਾਜਨੀਤੀ ਛਿੜਦੀ ਆ। ਪਰ ਜਿਹੜੀ ਸਾਡੇ ਤੱਕ ਰਿਪੋਰਟ ਅਪੜੀ ਹੈ ਕਿ ਜਿਹੜੀਆਂ ਇਹ ਔਰਤਾਂ ਨੇ, ਜਿਹੜੀਆਂ ਇਹ ਪੇਂਡੂ ਸਵਾਣੀਆਂ ਨੇ, ਇਹਨਾਂ ਦਾ ਵਰਕ ਕਲਚਰ, ਇਹਨਾਂ ਦਾ ਕੰਮ ਸੱਭਿਆਚਾਰ ਕਿਹੋ ਜਿਹਾ ਅਤੇ ਇਹ ਕਿਵੇਂ ਸਮਾਜ ਦੇ ਵਿੱਚ ਵਿਚਰਦੀਆਂ, ਇਹਦੇ ਬਾਬਤ ਵੇਰਵਾ ਇਸ ਤਰੀਕੇ ਨਾਲ ਕਿ
ਪੰਜਾਬ ਦੀਆਂ ਪੇਂਡੂ ਮਜ਼ਦੂਰ ਔਰਤਾਂ ਖਬਰਾਂ ਅਤੇ ਸਿਆਸੀ ਬਹਿਸਾਂ ਦੀ ਦੁਨੀਆ ਤੋਂ ਬਾਹਰ ਆਪਣੇ ਪਰਿਵਾਰ ਦੇ ਜੀਵਨ ਦੀ ਗੱਡੀ ਅੱਗੇ ਤੋਰਨ ਲਈ ਜੀਵਨ ਖਪਾ ਰਹੀਆਂ ਨੇ। ਕਾਫੀ ਨਾਜ਼ੁਕ ਹਾਲਾਤ ਵਿੱਚੋਂ ਲੰਘ ਰਹੇ ਇਹਨਾਂ ਔਰਤਾਂ ਦੇ ਪਰਿਵਾਰ 100 ਰੁਪਏ ਕਮਾਉਂਦੇ ਨੇ, ਪਰ ਚੁੱਲ੍ਹਾ ਗਰਮ ਰੱਖਣ ਲਈ ਉਹਨਾਂ ਨੂੰ 111 ਰੁਪਏ ਖਰਚਣੇ ਪੈਂਦੇ ਨੇ। ਇਹ ਵਕਰੀਵਾਂ ਇਹਨਾਂ ਪਰਿਵਾਰਾਂ ਨੂੰ ਹੋਰ ਕਰਜ਼ਾਈ ਕਰ ਰਿਹਾ ਅਤੇ ਹਰ ਪਰਿਵਾਰ ਔਸਤਨ 53,916 ਰੁਪਏ ਦਾ ਕਰਜ਼ਦਾਰ ਹੈ। ਇਹ ਖੁਲਾਸਾ ਡਾਕਟਰ ਗਿਆਨ ਸਿੰਘ ਦੀ ਅਗਵਾਈ ਵਾਲੀ ਟੀਮ ਵੱਲੋਂ ਪੰਜਾਬ ਦੇ ਵਿੱਚ ਪੇਂਡੂ ਮਜ਼ਦੂਰ ਔਰਤਾਂ ਦੀ ਆਰਥਿਕ, ਸਮਾਜਿਕ ਅਤੇ ਸਿਆਸੀ ਹਿੱਸੇਦਾਰੀ ਨਾਂ ਦੇ ਸਰਵੇਖਣ ਵਿੱਚ ਕੀਤਾ ਗਿਆ। ਬੇਬੇ ਗੁਰਨਾਮ ਕੌਰ ਮੈਮੋਰੀਅਲ ਐਜੂਕੇਸ਼ਨ ਸੈਂਟਰ ਈਸੜੂ ਲੁਧਿਆਣਾ ਵੱਲੋਂ ਸਪੌਂਸਰ ਕੀਤੇ ਮਾਲਵਾ ਖੇਤਰ ਦੇ ਫਤਿਹਗੜ੍ਹ ਸਾਹਿਬ ਅਤੇ ਮਾਨਸਾ, ਮਾਝਾ ਦੇ ਅੰਮ੍ਰਿਤਸਰ ਅਤੇ ਦੁਆਬਾ ਤੋਂ ਜਲੰਧਰ ਦੇ ਹਰ ਬਲਾਕ ਵਿੱਚੋਂ ਇੱਕ ਪਿੰਡ ਲੈ ਕੇ 29 ਪਿੰਡਾਂ ਦੇ 1017 ਯਾਨੀ ਕਿ 1017 ਪਰਿਵਾਰਾਂ ਦੇ ਤੱਥਾਂ ਉੱਤੇ ਆਧਾਰਿਤ ਇਹ ਸਰਵੇਖਣ ਸਾਲ 2016-17 ਦੌਰਾਨ ਕੀਤਾ ਗਿਆ। ਇਸ ਵਿੱਚ ਮਾਲਵਾ ਖੇਤਰ ਦੇ 408, ਮਾਝੇ ਦੇ 349 ਅਤੇ ਦੁਆਬੇ ਦੇ 260 ਪਿੰਡ ਸ਼ਾਮਿਲ ਕੀਤੇ ਗਏ ਨੇ। ਨਮੂਨੇ ਦੇ ਦਾਇਰੇ ਵਿੱਚ ਆਈਆਂ ਔਰਤਾਂ ਦੇ ਪਰਿਵਾਰਾਂ ਦੀ ਔਸਤ ਸਾਲਾਨਾ ਆਮਦਨ 77,198 ਰੁਪਏ, ਪ੍ਰਤੀ ਮਹੀਨਾ 6,433 ਰੁਪਏ ਭਾਵ 211 ਰੁਪਏ ਰੋਜ਼ਾਨਾ ਹੈ। ਪੰਜ ਮੈਂਬਰਾਂ ਦੇ ਔਸਤਨ ਪਰਿਵਾਰ ਵਿੱਚੋਂ ਪ੍ਰਤੀ ਜੀ ਔਸਤਨ 42 ਰੁਪਏ ਰੋਜ਼ਾਨਾ ਦੇ ਖਰਚ ਨਾਲ ਕੰਮ ਚਲਾਇਆ ਜਾ ਰਿਹਾ, ਜਦਕਿ ਖਰਚਾ 85,621 ਰੁਪਏ ਸਾਲਾਨਾ ਹੈ। ਪ੍ਰਤੀ ਜੀ ਸਾਲਾਨਾ ਖਰਚਾ 18,417 ਰੁਪਏ ਅਤੇ ਪਰਿਵਾਰ ਦਾ ਰੋਜ਼ਾਨਾ ਖਰਚ 234 ਰੁਪਏ ਅਤੇ ਪੰਜ ਜੀਆਂ ਦੇ ਪਰਿਵਾਰ ਵਿੱਚੋਂ ਪ੍ਰਤੀ ਜੀ 47 ਰੁਪਏ ਖਰਚ ਹੈ। ਪਰਿਵਾਰ ਰੋਜ਼ਾਨਾ 30 ਰੁਪਏ ਦਾ ਘਾਟਾ ਸਹਿ ਕੇ ਗੁਜ਼ਾਰਾ ਕਰ ਰਹੇ ਨੇ। ਸਰਵੇਖਣ ਦੌਰਾਨ ਸਾਹਮਣੇ ਆਏ ਤੱਥਾਂ ਮੁਤਾਬਕ 95% ਔਰਤਾਂ ਨੂੰ ਸਿਆਸਤ ਵਿੱਚ ਕੋਈ ਦਿਲਚਸਪੀ ਨਹੀਂ। ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਦਾ ਨਾਂ ਵੀ 92% ਔਰਤਾਂ ਨੂੰ ਨਹੀਂ ਪਤਾ। ਇਸ ਤੋਂ ਇਲਾਵਾ 99% ਔਰਤਾਂ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਨਾਂ ਵੀ ਨਹੀਂ ਜਾਣਦੀਆਂ, ਪਰ 83% ਕਿਸੇ ਔਰਤ ਆਗੂ ਦਾ ਨਾਂ ਦੱਸਣ ਤੋਂ ਅਸਮਰੱਥ ਨੇ। ਇਹਨਾਂ ਵਿੱਚੋਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ 95% ਔਰਤਾਂ ਨੇ ਵੋਟ ਪਰਿਵਾਰ ਦੇ ਮਰਦ ਮੈਂਬਰਾਂ ਦੀ ਹਦਾਇਤ ਦੇ ਉੱਤੇ ਹੀ ਪਾਈ ਸੀ। ਇਸ ਖਬਰ ਦੇ ਉੱਤੇ ਟਿੱਪਣੀ ਕਰਦਿਆਂ ਦੋਸਤੋ, ਅਸੀਂ ਇਹ ਗੱਲ ਕਹਾਂਗੇ ਕਿ ਸੰਤ ਰਾਮ ਉਦਾਸੀ ਨੇ ਇਹਨਾਂ ਮਜ਼ਦੂਰ, ਇਹਨਾਂ ਮਿਹਨਤਕਸ਼, ਇਹਨਾਂ ਕਾਮੀਆਂ ਔਰਤਾਂ ਦੇ ਬਾਰੇ ਲਿਖਿਆ ਸੀ ਕਿ ਤੂੰ ਮਗਦਾ ਰਹੀਂ ਵੇ ਸੂਰਜਾ ਕਮੀਆਂ ਦੇ ਵਿਹੜੇ। ਅਤੇ ਸੰਤ ਰਾਮ ਉਦਾਸੀ ਦੀ ਸੋਚ ਨੂੰ ਵੀ ਸਲਾਮ ਹੈ ਅਤੇ ਇਹਨਾਂ ਔਰਤਾਂ ਦੇ ਸਿਰੜ ਨੂੰ ਵੀ। ਪਰ ਇਹ ਔਰਤਾਂ ਜਿਹੜੀਆਂ ਕਿ ਮਿਹਨਤ ਮੁਸ਼ੱਕਤ ਬੇਹੱਦ ਕਰਦੀਆਂ ਪਰ ਫਿਰ ਵੀ ਕਰਜ਼ੇ ਦੇ ਵਿੱਚ ਵਿੰਨੀਆਂ ਹੋਈਆਂ, ਇਹਨਾਂ ਦੇ ਬਾਬਤ ਇਹਨਾਂ ਦੇ ਹਾਲਾਤ ਆ ਜਿਹੜੇ ਉਹ ਸਾਰੇ ਲੋਕ ਜਾਣਦੇ ਨੇ। ਪਿੰਡ ਵਾਲੇ ਵੀ ਜਾਣਦੇ ਹੁੰਦੇ ਆ, ਅਸੀਂ ਵੀ ਜਾਣਦੇ ਹੁੰਦੇ ਹਾਂ, ਤੁਸੀਂ ਵੀ ਜਾਣਦੇ ਹੁੰਦੇ ਹਾਂ, ਪਰ ਸਾਡੀਆਂ ਸਰਕਾਰਾਂ ਨਹੀਂ ਜਾਣਦੀਆਂ। ਸਾਡੀਆਂ ਸਰਕਾਰਾਂ ਕਦੇ ਮਨਰੇਗਾ ਅਤੇ ਕਦੇ ਮਗਨਰੇਗਾ ਇਹ ਸਕੀਮਾਂ ਦੇ ਨਾਂ ਬਦਲ ਬਦਲ ਕੇ ਇਹ ਸੋਚਦੀਆਂ ਵੀ ਅਸੀਂ ਹਾਲਾਤ ਬਦਲ ਦਿੱਤੇ, ਸਮਾਜ ਨੂੰ ਬਦਲ ਦਿੱਤਾ। ਪਰ ਇਹ ਔਰਤਾਂ, ਇਹਨਾਂ ਦੀ ਦਰਦ ਕਹਾਣੀ ਇੱਕ ਵੱਖਰੇ ਅਧਿਆਏ ਦੀ ਪੇਸ਼ਕਾਰੀ ਕਰਦੀ ਹੈ। ਉਸ ਅਧਿਆਏ ਨੂੰ ਜਦੋਂ ਅਸੀਂ ਪੜ੍ਹਦੇ ਹਾਂ ਤਾਂ ਅੰਦਰੋਂ ਆਪਣੇ ਆਪ ਨਪੀੜੇ ਜਾਂਦੇ ਹਾਂ, ਅਸੀਂ ਪਸੀਜੇ ਜਾਂਦੇ ਹਾਂ, ਅਸੀਂ ਸੋਚਦੇ ਹਾਂ ਕਿ ਸਾਡੇ ਸਮਾਜ ਦੇ ਵਿੱਚ ਇਹ ਹੋ ਕੀ ਰਿਹਾ। ਇਹਨਾਂ ਔਰਤਾਂ ਦੀ ਸਾਰ ਲੈਣੀ ਤਾਂ ਸਾਨੂੰ ਸਭ ਨੂੰ ਚਾਹੀਦੀ ਹੈ। ਵੈਸੇ ਤਾਂ ਭਾਵੇਂ ਕੋਈ ਮਰਦ ਹੋਵੇ, ਭਾਵੇਂ ਕੋਈ ਔਰਤ ਹੋਵੇ, ਭਾਵੇਂ ਬੱਚਾ ਅਤੇ ਭਾਵੇਂ ਕੋਈ ਬਜ਼ੁਰਗ ਹੈ, ਜਿਹੜਾ ਵੀ ਲੋੜਵੰਦ ਵਿਅਕਤੀ ਆ ਉਹਦੀ ਸਾਨੂੰ ਸਾਰਿਆਂ ਨੂੰ ਸਾਰ ਲੈਣੀ ਚਾਹੀਦੀ ਆ। ਪਰ ਸਾਡੀਆਂ ਸਰਕਾਰਾਂ ਨੂੰ ਜਿਹੜਾ ਕੰਮ ਸੱਭਿਆਚਾਰ ਪੈਦਾ ਕਰਨ ਦੀ ਲੋੜ ਆ, ਨਾ ਕਿ ਮੁਫਤ ਦੇ ਵਿੱਚ ਚੀਜ਼ਾਂ ਦੇਣ ਦੀ। ਵੱਡੀ ਗਿਣਤੀ ਦੇ ਵਿੱਚ ਹੁਣ ਤੱਕ ਅਸੀਂ ਇਹੋ ਜਿਹੇ ਪਰਿਵਾਰਾਂ ਨੂੰ ਵੀ ਦੇਖਿਆ ਜਿੱਥੇ ਪਹਿਲਾਂ ਕੰਮ ਸੱਭਿਆਚਾਰ ਸੀ ਪਰ ਬਾਅਦ ਦੇ ਵਿੱਚ ਸਰਕਾਰਾਂ ਵੱਲੋਂ ਭੀਖ ਦੇ ਰੂਪ ਦੇ ਵਿੱਚ ਇਹੋ ਜਿਹੀਆਂ ਸਹੂਲਤਾਂ ਦਿੱਤੀਆਂ ਗਈਆਂ ਕਿ ਤੁਹਾਨੂੰ 200 ਯੂਨਿਟ ਅਸੀਂ ਬਿਜਲੀ ਦੇ ਦਿੰਦੇ ਹਾਂ, ਤੁਹਾਨੂੰ ਅਸੀਂ ਆਟਾ ਦਾਲ ਵੀ ਦੇ ਦਿੰਦੇ ਹਾਂ, ਤੁਹਾਨੂੰ ਅਸੀਂ ਮੋਬਾਈਲ ਵੀ ਦੇ ਦਿਆਂਗੇ, ਚੋਣਾਂ ਦੇ ਮੌਕੇ ਕੂਕਰ ਅਤੇ ਹੋਰ ਭਾਂਡੇ ਵੀ ਦੇ ਦਿੰਦੇ ਹਾਂ, ਹੋਰ ਵੀ ਕਈ ਸਹੂਲਤਾਂ ਦੇ ਦਿਆਂਗੇ, ਜਿਹਦੇ ਕਰਕੇ ਉਹ ਕੰਮ ਸੱਭਿਆਚਾਰ ਦੇ ਨਾਲੋਂ ਟੁੱਟ ਗਏ। ਜਿਹੜੇ ਲੋਕ ਕੰਮ ਸੱਭਿਆਚਾਰ ਨਾਲੋਂ ਟੁੱਟ ਗਏ ਉਹਨਾਂ ਲੋਕਾਂ ਨੇ ਕਦੇ ਇਹ ਗੱਲ ਨਹੀਂ ਸੋਚੀ ਕਿ ਜ਼ਿੰਦਗੀ ਸਿਰਫ ਅਤੇ ਸਿਰਫ ਉਹਨੇ ਨਾਲ ਨਹੀਂ ਚੱਲ ਸਕਦੀ ਜਿੰਨੀਆਂ ਕੁ ਸਰਕਾਰੀ ਸਹੂਲਤਾਂ ਮਿਲਦੀਆਂ, ਜ਼ਿੰਦਗੀ ਦੇ ਵਿੱਚ ਬਹੁਤ ਕੁਝ ਹੋਰ ਵੀ ਕਰਨਾ ਲੋੜੀਂਦਾ। ਪਰ ਜਿਸ ਤਰੀਕੇ ਨਾਲ ਇਹ ਦਰਦ ਕਹਾਣੀ ਇਹਨਾਂ ਔਰਤਾਂ ਦੀ ਪੇਸ਼ਕਾਰੀ ਸਾਡੇ ਸਾਹਮਣੇ ਆਈ ਹੈ, ਇਹ ਦੱਸਦੀ ਹੈ ਕਿ ਸਰਕਾਰਾਂ ਵੀ ਕਿਸ ਤਰੀਕੇ ਦੇ ਨਾਲ ਕਹਿਣੀ ਅਤੇ ਕਰਨੀ ਦੇ ਵਿੱਚ ਫਰਕ ਰੱਖਣ ਵਾਲੀਆਂ, ਕਿਸ ਤਰੀਕੇ ਨਾਲ ਇੰਨੀ ਮਿਹਨਤ ਕਰਨ ਦੇ ਬਾਵਜੂਦ ਇਹਨਾਂ ਔਰਤਾਂ ਦੇ ਸਿਰੋਂ ਕਰਜ਼ੇ ਦੀ ਪੰਡ ਨਹੀਂ ਲੱਥਦੀ, ਕਿਸ ਤਰੀਕੇ ਦੇ ਨਾਲ ਇਹ ਔਰਤਾਂ, ਇਹਨਾਂ ਦੇ ਪਰਿਵਾਰਕ ਮੈਂਬਰ ਜੋ ਕਮਾਉਂਦੇ ਆ ਉਹਨੇ ਨਾਲ ਗੁਜ਼ਾਰਾ ਕਰਦੇ ਆ, ਅਤੇ ਜੋ ਕਮਾਉਂਦੇ ਆ ਉਹਦੇ ਵਿੱਚ ਵੀ ਬਹੁਤੀ ਵਾਰ ਗੁਜ਼ਾਰਾ ਨਹੀਂ ਹੁੰਦਾ, ਕਿਉਂਕਿ ਖਰਚੇ ਆ ਜਿਹੜੇ ਉਹ 40 ਜਾਂ 45 ਰੁਪਏ ਰੋਜ਼ਾਨਾ ਨਹੀਂ ਹੋ ਸਕਦੇ। ਇੱਕ ਵੇਲੇ ਦੀ ਰੋਟੀ ਖਾਣੀ ਹੋਵੇ, ਇੱਕ ਦਾਲ ਜਾਂ ਸਬਜ਼ੀ ਦੇ ਨਾਲ ਚਾਰ ਫੁਲਕੇ, ਤਾਂ ਉਹ 30-35 ਰੁਪਏ ਦੇ ਵਿੱਚ ਸਾਨੂੰ ਘਰ ਦੇ ਵਿੱਚ ਲਾਗਤ ਪੈ ਜਾਂਦੀ ਹੈ। ਇਸ ਕਰਕੇ ਸੋਚਣਾ ਵਿਚਾਰਨਾ ਚਾਹੀਦਾ ਸਾਡੀਆਂ ਸਰਕਾਰਾਂ ਨੂੰ ਵੀ। ਲੰਘੀ ਸਰਕਾਰ ਦੇ ਮੌਕੇ ਜਦੋਂ ਆਲੂ ਵਾਲੀਆਂ ਹੋਰਾਂ ਨੇ ਇਹ ਗੱਲ ਕਹੀ ਸੀ ਕਿ ਜਿਹੜਾ ਬੰਦਾ 35 ਰੁਪਏ ਜਾਂ 38 ਰੁਪਏ ਦਿਨ ਦੇ ਕਮਾਉਂਦਾ ਉਹ ਗਰੀਬੀ ਰੇਖਾ ਤੋਂ ਉੱਪਰ ਨਿਕਲ ਗਿਆ, ਉਦੋਂ ਉਹਨਾਂ ਲੋਕਾਂ ਦੀ ਸੋਚ ਦੇ ਉੱਤੇ ਵੀ ਹੈਰਾਨੀ ਹੋਈ ਸੀ। ਪਰ ਜਿਹੜੇ ਲੋਕ ਇਹ ਰਾਇਆਂ ਦਿੰਦੇ ਆ, ਜਿਹੜੇ ਲੋਕ ਇਹ ਅੰਕੜੇ ਪੇਸ਼ ਕਰਦੇ ਆ ਕਿ ਉਹ ਆਪ 32, 34, 35 ਜਾਂ 40 ਰੁਪਏ ਦੇ ਵਿੱਚ ਦਿਨ ਕੱਢ ਸਕਦੇ ਆ, ਕਦੇ ਇਹਦੇ ਬਾਬਤ ਸੋਚ ਵਿਚਾਰ ਕਰਕੇ ਦੇਖਣ। ਖਬਰਾਂ ਦੋਸਤੋ ਕਈ ਹੋਰ ਵੀ ਸਨ, ਪਰ ਜੋ ਵਕਤ ਦੀ ਘਾਟ ਹੈ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਤੁਸੀਂ ਲਗਾਤਾਰ ਦੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ।
ਪ੍ਰਾਈਮ ਏਸ਼ੀਆ ਟੀਵੀ ਦਿਲ ਦੀਆਂ ਗਹਿਰਾਈਆਂ 'ਚੋਂ ਆਪ ਸਭ ਵੱਲੋਂ ਦਿੱਤੇ ਪਿਆਰ ਲਈ ਧੰਨਵਾਦੀ ਹੈ ਕਿ ਥੋੜ੍ਹੇ ਜਿਹੇ ਸਮੇਂ ਵਿੱਚ ਹੀ ਤੁਸੀਂ ਸਾਨੂੰ ਘਰ ਘਰ ਦੀ ਪਸੰਦ ਬਣਾ ਦਿੱਤਾ ਹੈ। ਅਜਿਹੇ 'ਚ ਅਸੀਂ ਪਹਿਲਾਂ ਨਾਲੋਂ ਵੀ ਜ਼ਿਆਦਾ ਮਿਹਨਤ ਨਾਲ ਹੋਰ ਨਵੇਂ ਪ੍ਰੋਗਰਾਮ ਲੈ ਕੇ ਆ ਰਹੇ ਹਾਂ, ਪਰ ਤੁਹਾਡੇ ਸਾਥ ਤੋਂ ਬਿਨਾਂ ਅਸੀਂ ਕੁਝ ਵੀ ਨਹੀਂ ਹਾਂ। ਸੋ ਯੂਟਿਊਬ 'ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਬੈੱਲ ਦਾ ਬਟਨ ਜ਼ਰੂਰ ਦਬਾਉਣਾ ਤਾਂ ਜੋ ਨਵੇਂ ਪ੍ਰੋਗਰਾਮਾਂ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। ਇਹਨਾਂ ਪਲੈਟਫਾਰਮਸ 'ਤੇ ਵੀ ਤੁਸੀਂ ਸਾਨੂੰ ਦੇਖ ਸਕਦੇ ਹੋ ਅਤੇ ਇਸ ਦੇ ਨਾਲ ਹੀ ਇਹਨਾਂ ਸਾਰੇ ਪਲੈਟਫਾਰਮਸ 'ਤੇ ਵੀ ਅਸੀਂ ਅਵੇਲੇਬਲ ਹਾਂ ਅਤੇ ਸਾਡਾ ਫੇਸਬੁੱਕ ਪੇਜ ਵੀ ਲਾਈਕ ਕਰਨਾ। ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ।